चैप्टर का अपन लोग नेट इफेक्ट ऑफ कॉन्टेक्स्ट कर लेंगे नाइन से फर्स्ट टॉपिक ऑन द अपन लोग बायोट सेलुलर तो बायोसेट की करें अपन कि कोई भी करंट एलिमेंट है करंट एलिमेंट्स कोई करंट वाली वायर है ये राउंड अप इतने पॉइंट लेने पी कोई भी एनी पॉइंट तो इतने करंट एलिमेंट अपन लेट कर लेने किसी भी पोजीशन करंट एलिमेंट मींस द स्मॉल एलिमेंट की लेंथ पूरी वायर नहीं उधर कोई भी स्मॉल एलिमेंट लेंथ रह रही है पर dl तो इस एलिमेंट लेंथ करके अपन देखना ना कि p पॉइंट मैग्नेटिक फील्ड कितना बनता है तो वायर सेवन के अकॉर्डिंग ये है स्मॉल मैग्नेटिक फील्ड बनेगा p पॉइंट के ऊपर ये डायरेक्टली प्रोपोर्शनल होएगा करंट पासिंग थ्रू द कंडक्टर जिहड़ी वायर में दी करंट जा रहे उधर डायरेक्टली प्रोपोर्शनल होएगा तो प्रूव करना आसान है फाइंड आउट करना बायोसेट स्टेट करना सब तो इस तरह ही करना अपने चीन सेकंड डे इधर डेटली रोशन होता है अपने करंट इतने टर्म आउट फाइंड करने के लिए कि टर्म करंट का दूसरा टर्म है ये डिस्टेंस है ना पी पॉइंट ना करंट एलिमेंट तो थर्ड टर्म है तो ये एंगल यदि यहाँ डीएल करंट एलिमेंट है इधर इसका अर्थ है आर दूसरा एंगल है मिल जाता थीटा dl ਦੀ ਲੈਂਥ ਹੈ ਯਾਰ ਜਿੰਨੀ ਆਪ ਲੈਂਥ ਦਾ ਕਰੰਟ ਐਲੀਮੈਂਟ ਹੈ ਤਾਂ ਇਹਦਾ ਪਹਿਲਾ ਕਰੰਟ ਦੇ ਟਰਮ ਦੀ ਪੋਰਸ਼ਨ ਆ ਸੈਕੰਡ ਲੈਂਥ ਆਫ ਐਲੀਮੈਂਟ ਦੀ ਪੋਰਸ਼ਨ ਇਹਦੇ ਰੈਂਟਰੀ ਹੈ ਥਰਡ ਐਂਗਲ ਬੀਟਵੀਨ ਦਾ dl ਐਂਡ r dl ਤੇ r ਦਾ ਜਿਹੜਾ ਐਂਗਲ ਆ ਉਹਦੇ sin ਥੀਟਾ ਦੇ ਪ੍ਰੋਪੋਰਸ਼ਨਲ ਆ ਐਂਡ ਇਨਵਰਸਲੀ ਟੂ ਦਾ ਡਿਸਟੈਂਸ ਫਰਮ ਦਾ ਕਰੰਟ ਐਲੀਮੈਂਟ r ਸੇ ਦੇ ਇਨਵਰਸਲੀ इन सारे को कंबाइन कर दें तो रिलेशन की आता है अपने प्रोपोर्शनल ही फॉर्म चेंज की बना तो आई डी एल साइन थीटा ओवर आर स्क्वायर प्रोपोर्शनल साइन काम आगे तो आते आएगा कांस्टेंट है और उनका म्यू नॉट बाय फोर पाई आई डी एल साइन थीटा ये मैग्नीट्यूड फॉर्म चेंज रिलेशन आ गया फॉर ए स्मॉल मैग्नेटिक फील्ड ये टोटल मैग्नेटिक फील्ड करना पूरी करंट एलिमेंट का सारे का हमारा तो कहते हैं तो दोनों सही कर दो इंटीग्रेट कर ਅਣਿੱਥੇ ਦੋ ਤਿੰਨ ਚੀਜ਼ਾਂ ਧਿਆਨ ਦੇਣ ਵਾਲੀਆਂ ਦੇਖੋ ਕਿਹੜਾ ਵਾਇਰ ਸੈੱਟ ਲਾ ਦੇ ਬਣੇ ਜਿਹੜਾ ਕਰੰਟ ਮੈਗਨੈਟਿਕ ਫੀਲਡ ਬਣਿਆ ਸਮਾਲ ਹੈ ਉਹ ਕਿਹੜੀ ਟਰਮ ਦੇ ਡਿਪੈਂਡ ਕਰ ਰਿਹਾ ਤਾਂ ਇਫੈਕਟ ਕੀ ਹੈ ਇੱਕ ਟਰਮ ਦਾ ਤਾਂ ਪਹਿਲਾਂ ਤਾਂ ਕਰੰਟ ਦੇ ਡਾਇਰੈਕਟਲੀ ਹੁੰਦਾ ਮਤਲਬ ਜਿੰਨਾ ਕਰੰਟ ਜ਼ਿਆਦਾ ਹੋਏਗਾ ਉਹਨਾਂ ਮੈਗਨੈਟਿਕ ਫੀਲਡ ਜ਼ਿਆਦਾ ਹੋਏਗਾ ਡੀਐਲ ਦੀ ਲੈਂਥ ਆ ਜਿੰਨੀ ਲੌਂਗ ਹੋਏਗਾ ਵਾਇਰ ਜਦ ਜ਼ਿਆਦਾ ਲੈਂਥ ਦਾ ਹੋਏਗਾ ਉਹਨਾਂ ਮੈਗਨੈਟਿਕ ਫੀਲਡ ਜ਼ਿਆਦਾ ਪ੍ਰੋਡਿਊਸ ਕਰੇਗਾ ਤੇ ਸਭ ਤੋਂ ਇੰਪੋਰਟੈਂਟ ਚੀਜ਼ ਸਾਈਨ ਥੀਟਾ ਦੇ ਇਹ ਤੁਹਾਨੂੰ ਮੈਂ ਨੋਟਸ ਤੇ ਪੂਰੀ ਐਗਜ਼ਾਮਪਲ ਬਣਾਈਆਂ ਆਪਾਂ ਜਿਹਦਾ ਐਂਗਲ 90 ਡਿਗਰੀ ਆ ਥੀਟਾ ਫਿਰ ਤਾਂ ਦਾ ਮੈਗਨੈਟਿਕ ਫੀਲਡ ਉਹਦੇ ਬਿਲਕੁਲ ਜਿਹੜਾ ਹੋਏਗਾ ਉਸ ਪੁਆਇੰਟ ਤੇ ਮੈਕਸਿਮਮ ਹੋਏਗਾ ਕਹਿੰਦਾ ਵਾਲਾ ਜੇ ਪੀ ਪੁਆਇੰਟ ਬਿਲਕੁਲ ਕਰੰਟ ਐਲੀਮੈਂਟ ਆ ਮੰਨ ਲਓ ਕੋਈ ਇਹਦੇ ਬਿਲਕੁਲ ਸਾਹਮਣੇ ਆ 90 ਡਿਗਰੀ ਐਂਗਲ ਤੇ ਆ ਤਾਂ ਮੈਗਨੈਟਿਕ ਫੀਲਡ ਇੱਥੇ ਮੈਕਸਿਮਮ ਹੋਏਗਾ ਅਗਰ ਆਪਾਂ ਉੱਪਰ ਨੂੰ ਸ਼ਿਫਟ ਕਰ ਦਿੰਦੇ ਆ ਇੱਥੇ ਇਸ ਪੁਆਇੰਟ ਤੇ ਫਿਰ ਆ ਮੈਗਨੈਟਿਕ ਐਂਗਲ ਕਿੰਨਾ ਬਣ ਜਾਏਗਾ ਇਸ ਪੁਆਇੰਟ ਤੇ 0 ਡਿਗਰੀ ਜਾਂ ਨੀਚੇ ਆ ਰਹੀ ਉੱਤੇ 180 ਬਣ ਜਾਏਗਾ ਮਤਲਬ ਆਪਾਂ ਇਹਨੂੰ ਬੋਲਦੇ ਆ ਜਿਹੜਾ ਪੁਆਇੰਟ ਆ ਇਨ ਦਾ ਲਾਈਨ ਆਫ ਕਰੰਟ ਐਲੀਮੈਂਟ ਕਰੰਟ ਐਲੀਮੈਂਟ ਦੀ ਲਾਈਨ ਦੇ ਵਿੱਚ ਹੋਊਗਾ ਅਗਰ ਉਹਦੇ ਸਾਹਮਣੇ ਹੋਏਗਾ ਇਨ ਵੈਰੀਕਲ ਚ ਬਹੁਤ ਪੁਆਇੰਟ ਯੂਜ਼ ਹੁੰਦਾ ਹੈ ਬਿਲਕੁਲ ਕਰੰਟ ਐਲੀਮੈਂਟ ਅਗਰ ਆਪਾਂ ਸਾਹਮਣੇ ਆ ਤਾਂ ਮੈਗਨੈਟਿਕ ਫੀਲਡ ਉੱਤੇ ਕੀ ਹੋਏਗਾ ਸਾਈਨ 0 0 ਹੁੰਦਾ ਮੈਗਨੈਟਿਕ ਫੀਲਡ 0 ਹੋਏਗਾ ਇਹ ਦੋਨੇ ਪੁਆਇੰਟ ਬਹੁਤ ਇੰਪੋਰਟੈਂਟ ਆ ਦਿਮਾਗ ਚ ਰੱਖਣੇ ਆ ਕਿਦੋਂ ਮੈਗਨੈਟਿਕ ਫੀਲਡ ਮੈਕਸਿਮਮ ਆ ਕਰੰਟ ਐਲੀਮੈਂਟ ਕਰਕੇ ਕਿਦੋਂ ਬਿਲਕੁਲ जीरो है जिवें अपन न्यूमेरिकल ਕੀਤਾ ਹੈ ਇਸਕੋ ਇੱਕ ਇਸ ਤਰ੍ਹਾਂ ਦਾ ਵੈਸੇ ਪਤਾ ਹੈ ਕਿ ਕਰਾਂਗੇ ਵੀ ਪਰ ਇੱਥੇ ਲੋਡ ਪੈਣੀ ਨਹੀਂ ਆ ਸੈਮੀ ਸਰਕਲ ਲੂਪ ਆ ਇੱਕ ਸਟ੍ਰੇਟ ਵਾਇਰ ਆ ਇਸ ਪੁਆਇੰਟ ਤੇ ਮੈਗਨੈਟਿਕ ਫੀਲਡ ਕੱਢ ਰਹੇ ਹੁੰਦੇ ਆ ਤੇ ਜਦੋਂ ਬਈ ਇਸ ਪੁਆਇੰਟ ਤੇ ਮੈਗਨੈਟਿਕ ਫੀਲਡ ਕੱਢਦੇ ਆ ਕੱਲਾ ਸਰਕਲ ਲੂਪ ਦਾ ਕਾਉਂਟ ਹੁੰਦਾ ਵਾ ਇਸ ਵਾਇਰ ਦਾ ਮੈਗਨੈਟਿਕ ਫੀਲਡ ਨਹੀਂ ਕਾਉਂਟ ਹੋਣਾ ਕਿਉਂਕਿ ਆਪਾਂ ਵਾਇਰ ਦੇ ਬਿਲਕੁਲ ਲਾਈਨ ਦੇ ਵਿੱਚ ਆ ਤੇ ਇੱਥੇ ਇਸੇ ਦਾ ਧਿਆਨ ਰੱਖਣਾ ਸੀ ਕਿ ਅਗਰ ਥੀਟਾ ਜਿਹੜਾ ਆਪਣੇ ਕੋਲੇ 0 ਡਿਗਰੀ ਬਣ ਰਿਹਾ ਹੈ ਵਾਇਰ ਦੀ ਆਪਾਂ ਲਾਈਨ ਚ ਆ ਰਹੇ ਤਾਂ ਮੈਗਨੈਟਿਕ ਫੀਲਡ ਉੱਤੇ ਕੀ ਹੋਏਗਾ 0 ਹੋਏਗਾ ਮੈਕਸਿਮਮ ਕਿੱਥੇ ਹੋਏਗਾ ਜੇ ਆਪਾਂ ਬਿਲਕੁਲ ਪਰਪੈਂਡੀਕੂਲਰ ਹੋਵਾਂਗੇ ਜਿਵੇਂ ਇੱਕ ਸਕੁਅਰ ਲੂਪ ਆ ਮੰਨ ਲਓ ਆਪਾਂ ਇਸ ਪੁਆਇੰਟ ਤੇ ਸੈਂਟਰ ਤੇ ਤਾਂ ਇਸ ਵਾਇਰ ਤੇ ਬਿਲਕੁਲ ਹੁਣ 90 ਡਿਗਰੀ ਐਂਗਲ ਦੇ ਆਪਾਂ ਤਾਂ ਇੱਥੇ ਮੈਗਨੈਟਿਕ ਫੀਲਡ ਕੀ ਹੋਏਗਾ ਇਸ ਵਾਇਰ ਕਰਕੇ ਮੈਕਸਿਮਮ ਪ੍ਰੋਡਿਊਸ ਹੋਏਗਾ ਤੇ ਦੋਨੋਂ ਪੁਆਇੰਟ ਜ਼ਰੂਰੀ ਹੈ ਧਿਆਨ ਚ ਰੱਖਣੇ r ਸਕੁਅਰ ਤੇ ਨਾਰਮਲੀ ਹੈ ਜਿੰਨਾ ਦੂਰ ਆ ਦਾ ਘੱਟ ਆ ਜਿੰਨਾ ਨੇੜੇ ਹੋਵਾਂਗੇ ਤਾਂ ਜ਼ਿਆਦਾ ਹੋਏਗਾ
ਤੇ ਅਗਲੀ ਟਰਮ ਵਿੱਚ ਇੱਕ ਇੰਪੋਰਟੈਂਟ ਟਰਮ ਆ ਉਹ ਹੈਗੀ ਮਿਊ ਨੋਟ ਦਾ ਰੋਲ ਕੀ ਹੈ ਇੱਥੇ ਉਹ ਕਹਿੰਦੇ ਜਿਹੜਾ ਮੀਡੀਅਮ ਆ ਉਹਦੇ ਹੀ ਡਿਪੈਂਡ ਕਰਦਾ ਵਾ ਜਿਵੇਂ ਆਪਾਂ ਇਲੈਕਟ੍ਰਿਕ ਫੀਲਡ ਵੀ ਪੜ੍ਹਦੇ ਹਾਂ ਤੇ ਜਿੰਨਾ ਮੈਗਨੈਟਿਕ ਫੀਲਡ ਕੀ ਆਏ ਇੱਧਰ ਏਅਰ ਆ ਤਾਂ ਮਿਊ ਨੋਟ ਦੀ ਵੈਲਿਊ ਸਭ ਤੋਂ ਘੱਟ ਹੁੰਦੀ ਹੈ ਏਅਰ ਵਾਸਤੇ ਤਾਂ ਮੈਗਨੈਟਿਕ ਫੀਲਡ ਅਗਰ ਮੰਨ ਲਓ ਕਰੰਟ ਐਲੀਮੈਂਟ ਆ ਇੱਥੇ ਵਿਚਕਾਰ ਏਅਰ ਆ ਆਹ ਬੀ ਪੁਆਇੰਟ ਆ ਤਾਂ ਮੈਗਨੈਟਿਕ ਫੀਲਡ ਸਭ ਤੋਂ ਘੱਟ ਹੋਊਗਾ ਅਗਰ ਇਹਨੂੰ ਆਪਾਂ ਕੋਈ ਏ ਜੇ ਮੀਡੀਅਮ ਨਾਲ ਭਰ ਲਈਗਾ ਆਪਾਂ ਮੈਗਨੈਟਿਕ ਫੀਲਡ ਵਾਲਾ ਚੈਪਟਰ ਪੜ੍ਹਨਾ ਤਾਂ ਉਹ ਚ ਆਪਾਂ ਦੇਖ ਦਿੰਦੇ ਹਾਂ ਕਿ ਯਾਰ ਇੱਥੇ ਆਇਰਨ ਕੁਛ ਰੱਖਤਾ ਆਪਾਂ ਆਇਰਨ ਦੀ ਕੋਰ ਰੱਖ ਦਿੰਦੇ ਹਾਂ ਜਾਂ ਵਾਇਰ ਨੂੰ ਮਾਊਂਟ ਕਰ ਦਿੰਦੇ ਹਾਂ ਆਇਰਨ ਦੇ ਕੋਰ ਦੇ ਉੱਪਰ ਜਿਵੇਂ ਆਪਾਂ ਸੋਲੀਨੋਇਡਸ ਕਰਦੇ ਹਾਂ ਤਾਂ ਜਿਹੜਾ ਮੈਗਨੈਟਿਕ ਫੀਲਡ ਹੁੰਦਾ ਅਗਰ ਤਾਂ ਏਅਰ ਕੋਰ ਦੇ ਅੰਦਰ ਹੁੰਦਾ ਕੁਛ ਹੈ ਨਹੀਂ ਇਹਦਾ ਉਹਦਾ ਮਿਊ ਨੋਟ ਐਨ ਆਈ ਸੋਲੀਨੋਇਡ ਦੇ ਵਿੱਚ ਤੇ ਅਗਰ ਆਪਣੇ ਕੋਲ ਆਇਰਨ ਦੀ ਕੋਰ ਫਿਲ ਕਰਤੀ ਮੈਗਨੈਟਿਕ ਫੀਲਡ ਕਿੰਨਾ ਹੈ ਮਿਊ ਆਰ ਟਾਈਮਸ ਮਿਊ ਨੋਟ ਐਨ ਆਈ ਜਿੰਨਾ ਉਹਦੀ ਰੈਲੇਟਿਵ ਪਰਮਿਟੀਵਿਟੀ ਬੋਲਦੇ ਨੂੰ ਆਪਾਂ ਜਿੰਨੀ ਹੋਏਗੀ ਉਹਦੀ ਹੋਈ ਟੀਜਲ ਦੀ ਉਨੇ ਗੁਣਾ ਮੈਗਨੈਟਿਕ ਫੀਲਡ ਵੱਧ ਜਾਊਗਾ ਇਹ ਦੋ ਪੁਆਇੰਟ ਦਿਮਾਗ 'ਚ ਰੱਖਦੇ ਆ ਜ਼ਿਆਦਾ ਜਿਹੜੇ ਇੰਪੋਰਟੈਂਟ ਆ ਮਿਊ ਦੇ ਮੀਡੀਅਮ ਦਾ ਰੋਲ ਕੀ ਆ ਅਤੇ ਐਂਗਲ ਦਾ ਕੀ ਰੋਲ ਹੈ ਇੱਥੇ ਠੀਕ ਹੈ ਇਹ ਆਪਣੇ ਕੋਲ ਮੈਗਨੈਟਿਕ ਫੀਲਡ ਆ ਗਿਆ ਬਾਇਓ ਸਾਈਡ ਦੇ ਬਾਰੇ ਅਤੇ ਅਗਰ ਇਹਨੂੰ ਆਪਾਂ ਉਹਦੀ ਫਾਰਮ 'ਚ ਲਿਖਣਾ ਵਾ ਵੈਕਟਰ ਫਾਰਮ 'ਚ ਵੈਕਟਰ ਫਾਰਮ 'ਚ ਕਿਸ ਤਰ੍ਹਾਂ ਲਿਖਣ ਦੇ ਇੱਕ ਵਾਰ ਕੌਮ ਕਰ ਲਓ ਆਪਣੇ ਇੰਟੀਗ੍ਰੇਸ਼ਨ 'ਚ ਮਿਊ ਨੋਟ ਬਾਏ 4 ਪਾਈ ਕੌਮਨ ਆ ਜਾਏਗਾ ਅੰਦਰ ਆਈ ਤਾਂ ਡਿਪੈਂਡ ਕਰਦਾ ਕੌਂਸਟੈਂਟ ਹੋ ਵੀ ਸਕਦਾ ਨਹੀਂ ਤਾਂ ਅੰਦਰ ਰੱਖ ਲੈਣੇ ਕੋਲ ਓਵਰਆਲ ਉਸ ਤੋਂ ਬਾਅਦ ਜੇ ਇਹਨੂੰ ਆਪਾਂ ਵੈਕਟਰ ਫਾਰਮ 'ਚ ਲਿਖਣਾ ਕਿਵੇਂ ਲਿਖਾਂਗੇ ਦੇਖੋ ਆਈ ਡੀ ਐਲ ਇੱਕ ਵੈਕਟਰ ਬਣਾ ਦੇਣਾ ਇਕੱਠਾ ਕਿਉਂਕਿ ਆਈ ਐਕਚੁਅਲੀ ਆਪਣੇ ਆਪ 'ਚ ਕੋਈ ਵੈਕਟਰ ਨਹੀਂ ਹੁੰਦਾ ਆਈ ਦੀ ਡਾਇਰੈਕਸ਼ਨ ਹੁੰਦੀ ਹੈ ਬਟ ਇਹ ਵੈਕਟਰ ਕੁਆਂਟਿਟੀ ਨਹੀਂ ਹੁੰਦੀ ਅਗਰ ਇਹਨੂੰ ਆਪਾਂ ਲੈਂਥ ਨਾਲ ਕੰਬਾਈਨ ਕਰ ਦਿੰਦੇ ਹਾਂ ਤਾਂ ਇੱਕ ਵੈਕਟਰ ਕੁਆਂਟਿਟੀ ਬਣ ਜਾਂਦੀ ਹੈ ਤਾਂ ਆਈਡੀਅਲ ਹੁਣ ਸਾਈਨ ਆ ਤਾਂ ਸਾਈਨ ਦੇ ਨਾਲ ਇੱਥੇ ਆਰ ਯੂਨਿਟ ਵੈਕਟਰ ਲਾ ਦੇਣਾ ਆਪਾਂ ਕਿਉਂਕਿ ਜਿਹੜੀ ਕ੍ਰੋਸ ਪ੍ਰੋਡਕਟ ਹੁੰਦੀ ਆ ਉਹਦੇ ਹਟਾਵਾਂਗੇ ਤਾਂ ਆਪਾਂ ਸਾਈਨ ਥੀਟਾ ਲੱਗਦਾ ਹੁੰਦਾ ਜੇ ਆਪਾਂ ਸਾਈਨ ਥੀਟਾ ਹਟਾ ਦਾਂਗੇ ਤਾਂ ਦੋ ਵੈਕਟਰ ਦੇ ਵਿਚਕਾਰ ਕ੍ਰੋਸ ਲੱਗ ਜਾਣੀ ਆ ਕਿੰਨਾ ਦੋ ਵੈਕਟਰ ਦੇ ਵਿਚਕਾਰ ਜਿੰਨਾ ਵਿਚਕਾਰ ਇਹ ਐਂਗਲ ਸੀਗਾ ਐਂਗਲ ਕਿਹਦੇ ਵਿਚਕਾਰ ਸੀਗਾ ਇਹ ਕਰੰਟ ਦੇ ਵਿਚਕਾਰ ਅਤੇ ਜਿਹੜਾ ਆਰ ਡਿਸਟੈਂਸ ਆ ਉਹਦੇ ਵਿਚਕਾਰ ਉਹਨਾਂ ਦੋ ਦੇ ਵਿਚਕਾਰ ਆਪਾਂ ਕ੍ਰੋਸ ਲਗਾਤੀ ਥੱਲੇ ਆਰ ਦੇ ਮੈਗਨੀਟਿਊਡ ਦਾ ਸਕੇਅਰ ਆ ਗਿਆ ਇਸ ਫਾਰਮ 'ਚ ਵੀ ਲਿਖ ਸਕਦੇ ਹਾਂ ਆਪਾਂ ਜੇ ਥੋੜ੍ਹਾ ਜਿਹਾ ਹੋਰ ਐਕਸਪੈਂਡ ਕਰਨਾ ਇਹਨੂੰ ਇੱਥੇ ਛੱਡ ਦਿਓ ਬਸ ਇਹਨੂੰ ਅੱਗੇ ਕਰਨ ਦੀ ਲੋੜ ਨਹੀਂ ਬਸ ਹੁਣ ਇਹ ਤੋਂ ਹੋਰ ਇੰਪੋਰਟੈਂਟ ਚੀਜ਼ ਕੀ ਹੈ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਇਹਦੀ ਵੈਕਟਰ ਫਾਰਮ ਆ ਇਹ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਦਾ ਪਤਾ ਲੱਗਦਾ ਕਿਵੇਂ ਦੇਖੋ ਜਿਹੜਾ ਮੈਗਨੈਟਿਕ ਫੀਲਡ ਆ ਆਪਾਂ ਕਾਫੀ ਵਾਰੀ ਅੱਗੇ ਅੱਗੇ ਵੀ ਚੈਪਟਰਸ ਕਰਨਾ ਵਾ ਉਹ ਆ ਦੋ ਵੈਕਟਰਾਂ ਦੀ ਕ੍ਰੋਸ ਪ੍ਰੋਡਕਟ ਦੇ ਬਰਾਬਰ ਆ ਤੇ ਇਹਦਾ ਮਤਲਬ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਏਗੀ ਇਸ ਪਰਪੈਂਡੀਕੁਲਰ ਟੂ ਬੋਥ ਜਿਹੜੀ ਵੀ ਦੋ ਵੈਕਟਰਾਂ 'ਚ ਕਰ ਕ੍ਰੋਸ ਹੋਣਾ ਦੋਵਾਂ ਦੇ ਪਰਪੈਂਡੀਕੁਲਰ ਹੋਏਗਾ ਮੈਗਨੈਟਿਕ ਫੀਲਡ ਤਾਂ ਇਹ ਪਰਪੈਂਡੀਕੁਲਰ ਹੋਏਗੀ ਦੇ ਟੂ ਬੋਥ ਕਰੰਟ ਐਲੀਮੈਂਟ ਐਂਡ ਡਿਸਟੈਂਸ ਫਰੋਮ ਦਾ ਕਰੰਟ ਐਲੀਮੈਂਟ ਜਿਵੇਂ ਆਪਾਂ ਵਾਇਰ ਵਾਲੀ ਐਗਜ਼ਾਮਪਲ ਲਈਏ ਸਿੰਪਲ ਕਿ ਆ ਵਾਇਰ ਹੈ ਇਸ ਪੁਆਇੰਟ ਤੱਕ ਮੈਗਨੈਟਿਕ ਫੀਲਡ ਦੇਖ ਰਹੇ ਹਾਂ ਤਾਂ ਕਰੰਟ ਐਲੀਮੈਂਟ ਹੈਗਾ ਉੱਪਰ ਨੂੰ ਜਾ ਰਿਹਾ ਡਿਸਟੈਂਸ ਇੱਧਰ ਨੂੰ ਆ ਆਰ ਤਾਂ ਜਿਹੜਾ ਮੈਗਨੈਟਿਕ ਫੀਲਡ ਹੋਏਗਾ ਉਹ ਕੀ ਹੋਏਗਾ ਇਹਨਾਂ ਦੋਨਾਂ ਦੇ ਪਰਪੈਂਡੀਕੁਲਰ ਹੋਏਗਾ ਇਹਨਾਂ ਦੋਨਾਂ ਦੇ ਪਰਪੈਂਡੀਕੁਲਰ ਹੋਣ ਦਾ ਮਤਲਬ ਜਿਹੜਾ ਮੈਗਨੈਟਿਕ ਫੀਲਡ ਜਾਂ ਤਾਂ ਹੋਊਗਾ ਇਨਵਰਟ ਕਿਉਂਕਿ 90 ਡਿਗਰੀ ਐਂਗਲ ਕਦੋਂ ਬਣੂਗਾ ਇਹਨਾਂ ਦੋਨਾਂ ਨਾਲ ਜਾਂ ਤਾਂ ਮੈਗਨੈਟਿਕ ਅੰਦਰ ਨੂੰ ਹੋਊਗਾ ਇੱਥੇ ਜਾਂ ਮੇਰੇ ਕੋਲ ਕੀ ਹੋਊਗਾ ਬਾਹਰ ਵੱਲ ਉਹਦੀ ਡਾਇਰੈਕਸ਼ਨ ਕੀ ਕਰਦੇ ਨੇ ਫਿਰ ਆਪਾਂ ਰਾਈਟ ਹੈਂਡ ਸਾਹਮਣੇ ਰੂਲ ਯੂਜ਼ ਕਰ ਦਿੰਦੇ ਹਾਂ ਆਹ ਮੈਗਨੈਟਿਕ ਫੀਲਡ ਪੈਂਟ ਹੋ ਗਿਆ ਤਾਂ ਇਸ ਪੁਆਇੰਟ 'ਤੇ ਮੈਗਨੈਟਿਕ ਫੀਲਡ ਕੱਢਣਾ ਤਾਂ ਉਹ ਆਹ ਫਿੰਗਰ ਰੋਟੇਸ਼ਨ ਕਰਦੀ ਹੈ ਇੱਕ ਤਰ੍ਹਾਂ ਲੂਪ ਬਣ ਦਿੰਦੇ ਆ ਪਰ ਉਹ ਲੂਪ ਜੇ ਦੇਖਣਾ ਅੰਦਰ ਨੂੰ ਅੱਗੇ ਬਾਹਰ ਨੂੰ ਉਹਦਾ ਰਾਈਟ ਹੈਂਡ ਪਤਾ ਲੱਗ ਜਾਂਦਾ ਆ ਥੰਮ ਤਾਂ ਆਹ ਫਿੰਗਰ ਰੋਟੇਟ ਹੋ ਰਹੀ ਹੈ ਤਾਂ ਇੱਧਰਲੀ ਸਾਈਡ ਕੀ ਹੈ ਮੈਗਨੈਟਿਕ ਫੀਲਡ ਇਨਵਰਟ ਹੋਏਗਾ ਅਤੇ ਜੇ ਆਪਾਂ ਇੱਧਰਲੀ ਸਾਈਡ ਦੇਖਣਾ ਹੋਇਆ ਆਹ ਬੀ ਪੁਆਇੰਟ ਬਣਦਾ ਕਿਊ ਪੀ 'ਤੇ ਫਿੰਗਰ ਆਪਣੀਆਂ ਨਹੀਂ ਅੰਦਰ ਨੂੰ ਆ ਰਹੀਆਂ ਕਿਊ 'ਤੇ ਉਹ ਫਿੰਗਰ ਰੋਟੇਟ ਹੋ ਕੇ ਲੂਪ ਜਿਹੜਾ ਰੋਟੇਟ ਹੋ ਕੇ ਬਾਹਰ ਨੂੰ ਨਿਕਲੇ ਤਾਂ ਇੱਥੇ ਮੈਗਨੈਟਿਕ ਫੀਲਡ ਵਰਟੀ ਆਊਟਵਰਡ ਡਾਇਰੈਕਸ਼ਨ 'ਚ ਹੋਏਗਾ ਇੱਥੇ ਮੈਗਨੈਟਿਕ ਫੀਲਡ ਇਨਵਰਟ ਡਾਇਰੈਕਸ਼ਨ ਵਿੱਚ ਜਿਹਨੂੰ ਆਪਾਂ ਸਿੰਬੋਲਿਕਲੀ ਸ਼ੋਅ ਕਰ ਦਿੰਦੇ ਹਾਂ ਇਨਵਰਟ ਨੂੰ ਕ੍ਰੋਸ ਦੇ ਸਾਈਨ ਦੇ ਨਾਲ ਇੱਥੇ ਆਪਾਂ ਯੂਨੀਫਾਰਮ ਮੈਗਨੈਟਿਕ ਫੀਲਡ ਨੂੰ ਸ਼ੋਅ ਕਰ ਦਿੰਦੇ ਆਪਾਂ ਡੋਟ ਦੀ ਸਾਈਨ ਠੀਕ ਹੈ ਤਾਂ ਰੂਲ ਆ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੱਢਣ ਵਾਸਤੇ ਜੇ ਤੁਹਾਨੂੰ ਡਾਇਰੈਕਟਲੀ ਪੁੱਛਿਆ ਤਾਂ ਮੈਗਨੈਟਿਕ ਫੀਲਡ ਕਿੱਧਰ ਨੂੰ ਆਪਸ਼ਨ ਵਗੈਰਾ 'ਚ ਆ ਗਿਆ ਇਸ ਵਿੱਚ ਤੁਸੀਂ ਆਪਸ਼ਨ ਉੱਤੇ ਸਿਲੈਕਟ ਕਰ ਲਈ ਆ ਇਟਸ ਪਰਪੈਂਡੀਕੁਲਰ ਟੂ ਬੋਥ ਕਰੰਟ ਐਂਡ ਡਿਸਟੈਂਸ ਫਰੋਮ ਦਾ ਕਰੰਟ ਐਲੀਮੈਂਟ ਇਹਨਾਂ ਦੋਨੋਂ ਦੀ ਡਾਇਰੈਕਸ਼ਨ ਦੇ ਪਰਪੈਂਡੀਕੁਲਰ ਹੋਏਗਾ ਆਲਵੇਜ਼ ਮੈਗਨੈਟਿਕ ਫੀਲਡ
ਤੇ ਚੀਜ਼ਾਂ ਜਿਹੜੀਆਂ ਬਾਇਓਸੈਵਨ ਦੌਰ ਚ ਆਪਾਂ ਨੂੰ ਯੂਜ਼ ਹੁੰਦੀਆਂ ਜਿਹੜਾ ਫਾਰਮੂਲਾ ਜੀ ਆਰਕ ਨਾਲ ਨੂਮੈਰੀਕਲ ਕਰੇ ਇਹਦੇ ਬੇਸ ਤੇ ਇਕੱਲੇ ਦੀ ਵੀ ਆ ਸਕਦਾ ਤੇ ਡਾਇਰੈਕਸ਼ਨ ਵਗੈਰਾ ਵੀ ਇਹਨੂੰ ਉੱਚੀ ਆ ਸਕਦੀ ਹੈ ਇਹਦੀ ਐਪਲੀਕੇਸ਼ਨ ਆ ਲੂਪ ਵਾਲੀ ਉਹ ਦੇਖ ਲਓ ਮੈਗਨੈਟਿਕ ਫੀਲਡ ਫਾਈਂਡ ਕਰਨਾ ਆਪਾਂ ਐਟ ਦਾ ਸੈਂਟਰ ਆਫ ਲੂਪ ਬੀ ਦੀ ਵਿੱਚ ਪੜ੍ਹਨੀ ਆ ਐਟ ਦਾ ਸੈਂਟਰ ਇੱਕ ਐਟ ਦਾ ਐਕਸਿਸ ਆ ਦੋ ਡਾਇਰੈਕਸ਼ਨ ਇਹਦੀਆਂ ਜੇ ਇਕੱਲੀ ਸੈਂਟਰ ਵਾਲੀ ਤੇ ਛੋਟੀ ਕਰ ਰਿਹਾ ਮੈਂ ਤੁਹਾਨੂੰ ਦੱਸ ਰਹੀ ਜੇ ਐਕਸਿਸ ਵਾਲੀ ਹੈ ਤਾਂ ਫਿਰ ਆਪਾਂ ਨੂੰ ਦੂਜੀ ਡਾਇਰੈਕਸ਼ਨ ਕਰਨੀ ਪੈਣੀ ਐਂਗਲ ਵਾਲੀ ਤਾਂ ਆਹ ਸਰਕੂਲਰ ਲੂਪ ਆ ਮੰਨ ਲਓ ਆਪਣੇ ਕੋਲ ਇੱਕ ਕਰੰਟ ਉਹ ਚ ਆਈ ਆ ਰਿਹਾ ਤੇ ਰੇਡੀਅਸ ਉਹਦਾ ਆਰ ਜਾਂ ਛੋਟੀ ਆਰ ਜਾਂ ਵੱਡੀ ਆਰ ਕੁਛ ਵੀ ਲਿਖ ਲਓ ਤਾਂ ਆਪਾਂ ਬਾਇਓ ਸੈਵਰਟ ਦਾ ਲਾਉਣਾ ਤਾਂ ਉਹਦੇ ਲਈ ਪਹਿਲਾਂ ਸਮਾਲ ਮੈਗਨੈਟਿਕ ਫੀਲਡ ਨਿਕਲਦਾ ਹੁੰਦਾ ਤਾਂ ਸਮਾਲ ਮੈਗਨੈਟਿਕ ਫੀਲਡ ਪਹਿਲਾਂ ਸਮਾਲ ਕਰੰਟ ਐਲੀਮੈਂਟ ਲੈ ਕਰਨਾ ਪੈਣਾ ਤਾਂ ਇੱਥੇ ਇੱਕ ਸਮਾਲ ਲੈਂਥ ਲੈਟ ਕਰ ਲਓ ਡੀ ਆਰ ਤਾਂ ਡੀ ਐਲ ਕਰਕੇ ਜਿਹੜਾ ਮੈਗਨੈਟਿਕ ਫੀਲਡ ਐਟ ਦਾ ਸੈਂਟਰ ਬਣੇਗਾ ਉਹ ਪੁਆਇੰਟ ਤੇ ਤਾਂ ਬਾਇਓ ਸੈਵਰਟ ਦੇ ਨਾਲ ਕੀ ਹੋਏਗਾ ਮਿਊ ਨੋਟ ਬਾਈ ਫੋਰ ਪਾਈ ਆਈ ਜੇ ਵੈਕਟਰ ਪਾਉਣਾ ਤਾਂ ਵੈਕਟਰ ਪਾ ਦਿਓ ਨਹੀਂ ਸਿੱਧੇ ਲਿਖ ਦਿਓ ਆਈ ਡੀ ਐਲ ਸਾਈਨ ਥੀਟਾ ਓਵਰ ਆਰ ਦਾ ਸਕੇਅਰ ਆਰ ਇੱਥੇ ਆਪਾਂ ਰੇਡੀਅਸ ਨੂੰ ਵੱਡੀ ਆਰ ਲਿਆ ਹੈ ਤਾਂ ਇਹ ਮੈਗਨੈਟਿਕ ਫੀਲਡ ਬਣ ਜਾਏਗਾ ਉਹ ਪੁਆਇੰਟ ਤੇ ਡਿਊ ਟੂ ਲੈਂਥ ਡੀ ਐਲ ਉਸ ਤੋਂ ਬਾਅਦ ਆਪਾਂ ਟੋਟਲ ਦੀ ਇੰਟੀਗ੍ਰੇਸ਼ਨ ਕਰਨੀ ਹੈ ਬਾਇਓ ਸੈਵਰਟ ਕਹਿੰਦਾ ਸੀਗਾ ਕਿ ਜੇ ਤੁਸੀਂ ਟੋਟਲ ਮੈਗਨੈਟਿਕ ਫੀਲਡ ਕਰਨਾ ਦੋਨੋਂ ਪਾਸੇ ਇੰਟੀਗ੍ਰੇਟ ਕਰਦੇ ਹੋ ਤਾਂ ਕੌਨਸਟੈਂਟ ਟਰਮ ਇੱਥੇ ਦੇਖ ਲਾਂਗੇ ਆਪਾਂ ਨੂੰ ਪਤਾ ਕਿਹੜੀਆਂ ਕਿਹੜੀਆਂ ਆਈ ਕਰੰਟ ਕੌਨਸਟੈਂਟ ਚੱਲਦਾ ਪਿਆ ਸਾਰੇ ਨੇ ਦੀਆਂ ਬਾਹਰ ਆ ਜਾਏਗਾ ਥੀਟਾ ਵੈਲਿਊ ਫਾਈਨ ਕਰ ਲਓ ਠੀਕ ਹੈ ਥੀਟਾ ਕੀ ਹੁੰਦਾ ਕਰੰਟ ਐਲੀਮੈਂਟ ਤੇ ਡਿਸਟੈਂਸ ਦੇ ਸਕਾਰ ਐਂਗਲ ਦਾ ਤਾਂ ਇੱਥੇ ਜਿਹੜਾ ਕਰੰਟ ਐਲੀਮੈਂਟ ਆ ਉਹ ਸਰਕਮਸਟੈਂਸ ਦੇ ਉੱਪਰ ਆ ਤਾਂ ਆਪਾਂ ਨੂੰ ਪਤਾ ਜਿਹੜਾ ਐਂਗਲ ਹੁੰਦਾ ਰੇਡੀਅਸ ਦਾ ਸਰਕਲ ਦੇ ਨਾਲ ਉਹ 90 ਡਿਗਰੀ ਹੁੰਦਾ ਤੇ ਇੱਥੇ ਥੀਟਾ ਕਿੰਨਾ ਯੂਜ਼ ਕਰਾਂਗੇ ਆਪਾਂ 90 ਸਾਈਨ 91 ਹੁੰਦਾ ਤਾਂ ਸਾਈਨ 30 ਹੋਗਾ ਇੱਥੋਂ ਪਹਿਲਾਂ ਆਈ ਡੀ ਆ ਵੈਲਿਊ ਆ ਓਵਰ ਆਰ ਸਕੇਅਰ ਇੰਟੀਗ੍ਰੇਸ਼ਨ ਜੋ ਹੁਣ ਕੌਨਸਟੈਂਟ ਟਰਮਾਂ ਕਿਹੜੀ ਹੈ ਮਿਊ ਨੋਟ ਬਾਈ 4 ਪਾਈ ਕੌਨਸਟੈਂਟ ਆ ਕਰੰਟ ਕੌਨਸਟੈਂਟ ਆ ਤੇ ਜਿਹੜਾ ਰੇਡੀਅਸ ਆ ਇਹ ਵੀ ਹਰੇਕ ਪੋਰਸ਼ਨ ਦੇ ਉੱਪਰ ਸੇਮ ਹੀ ਹੈ ਦਾ ਲੂਪ ਦਾ ਆਰ ਵੀ ਕੌਨਸਟੈਂਟ ਅੰਦਰ ਕੀ ਰਹਿ ਗਿਆ ਗਾ ਡੀ ਐਲ ਡੀ ਐਲ ਦੀ ਇੰਟੈਗਰਲ ਕਰਾਂਗੇ ਤਾਂ ਕੀ ਆ ਜਾਏਗਾ ਸਮਾਲ ਲੈਂਥ ਹੈ ਨਹੀਂ ਇੰਟੀਗ੍ਰੇਸ਼ਨ ਕਰਕੇ ਇਹਦੀ ਟੋਟਲ ਲੈਂਥ ਆ ਜਾਊਗੀ ਲੂਪ ਦੈਟ ਇਜ਼ ਇਕੁਅਲ ਟੂ 2 ਪਾਈ ਆਰ ਪੈਰੀਮੀਟਰ ਆਫ ਸਰਕਲ ਆ ਤਾਂ ਮੈਗਨੈਟਿਕ ਫੀਲਡ ਆ ਜਾਂਦਾ ਸਿੰਪਲ ਆਰ ਨਾਲ ਇੱਕ ਆਰ ਕੈਂਸਲ ਹੋ ਗਈ ਪਾਈ ਕੱਟੇ ਹੋ ਨਾ ਇਹ ਫਾਰਮ ਹੀ ਇਸ ਤਰ੍ਹਾਂ ਲਿਖ ਹੁੰਦੀ ਹੈ ਮਿਊ ਨੋਟ ਬਾਈ 4 ਪਾਈ ਲਿਖਣਾ ਹੁੰਦਾ ਅੱਗੇ ਅਤੇ ਲਾਸਟ 'ਤੇ ਆਪਾਂ ਜਿਹੜਾ ਬਚਿਆ ਉਹ ਲਿਖ ਦਾਂਗੇ 2 ਪਾਈ ਆਈ ਓਵਰ ਇਹ ਰਿਲੇਸ਼ਨ ਆ ਜਾਏਗਾ ਐਟ ਦਾ ਸੈਂਟਰ ਆਫ ਸਰਕੂਲਰ ਲੂਪ 2 ਪਾਈ ਆਈ ਬਾਈ ਆਰ ਠੀਕ ਹੈ ਇਹ ਫੁੱਲ ਲੂਪ ਦਾ ਕਈ ਵਾਰ ਨੂਮੈਰੀਕਲ 'ਚ ਆਪਾਂ ਨੂੰ ਹਾਫ ਲੂਪ ਆ ਜਾਂਦਾ ਇਸ ਤਰ੍ਹਾਂ ਇਕੱਲੇ ਇੰਨੇ ਲੂਪ ਕਰਕੇ ਕਰਨਾ ਆਪਾਂ ਸੈਮੀ ਸਰਕੂਲਰ ਲੂਪ ਵਾਸਤੇ ਤਾਂ ਤੁਸੀਂ ਕੀ ਕਰਨਾ ਜਿੰਨਾ ਹੈਗਾ ਇਹਦੇ ਪੂਰੇ 1/2 ਕਰ ਦਿਓ ਬਸ 1/2 ਇਹ ਪੂਰੇ ਲੂਪ ਦਾ ਆਪਾਂ ਨੂੰ ਪਤਾ ਜਿਹੜਾ ਮੈਗਨੈਟਿਕ ਫੀਲਡ ਉਹ ਹੈਗਾ 2 ਪਾਈ ਆਈ ਬਾਈ ਆਰ ਤੇ ਉਹਦਾ ਹਾਫ ਕਰ ਦੇਣਾ 1/2 ਲੱਗ ਜਾਊਗਾ 2/2 ਕੱਟ ਦਿਓ ਪਾਈ ਆਈ ਰਹਿ ਜਾਊਗਾ ਉੱਥੇ ਕਈ ਵਾਰ ਇਸ ਤਰ੍ਹਾਂ ਹੀ ਆ ਸਕਦਾ 4th ਪਾਰਟ ਆ ਸਕਦਾ ਸਰਕਲ ਦਾ ਚੌਥਾ ਹਿੱਸਾ ਇਸ ਤਰ੍ਹਾਂ ਜੀ ਇਹਨੂੰ ਕੁਆਡਰੈਂਟ ਬੋਲਦੇ ਆਪਾਂ ਇਸ ਪੁਆਇੰਟ ਕਰਕੇ ਦੇਖਣਾ ਆਪਾਂ ਨੂੰ ਕਰੰਟ ਇਸ ਤਰ੍ਹਾਂ ਚੱਲ ਰਿਹਾ ਇਹ ਚੌਥਾ ਹਿੱਸਾ ਸਰਕਲ ਦਾ ਤਾਂ ਹੁਣ ਕੀ ਕਰਾਂਗੇ ਆਪਾਂ ਮੈਗਨੈਟਿਕ ਫੀਲਡ ਇਸ ਪੋਰਸ਼ਨ ਦਾ ਕਰਨਾ ਪਹਿਲੇ ਦਾ ਇਸ ਪੋਰਸ਼ਨ ਦਾ ਕਿਉਂ ਇਹ ਬਣਨਾ ਨਹੀਂ ਕਿਉਂਕਿ ਇਹ ਲਾਈਨ ਦੇ ਉੱਪਰ ਹੀ ਆ ਆਪਾਂ ਜੇ ਲਾਈਨ ਦੇ ਉੱਪਰ ਹੋਈ ਲਾਈਨ ਦੀ ਡਾਇਰੈਕਸ਼ਨ ਹੋਈ ਮੈਗਨੈਟਿਕ ਫੀਲਡ ਇੰਨਾ ਦੋਨਾਂ ਕਰਕੇ ਕੋਈ ਨਹੀਂ ਬਣਨਾ ਸਿਰਫ ਇਹਦੇ ਕਰਕੇ ਬਣੇਗਾ ਲੂਪ ਕਰਕੇ ਤਾਂ ਇਹ ਕੀ ਆ ਜਾਏਗਾ 1/4 ਆਫ ਦਾ ਮਿਊ ਨੋਟ ਬਾਈ 4 ਪਾਈ 2 ਪਾਈ ਆਈ ਬਾਈ ਤੇ ਜੇ ਕਈ ਵਾਰ ਆਰਕ ਆ ਗਈ ਆਪਣੇ ਇਸ ਤਰ੍ਹਾਂ ਕੋਈ ਵੀ ਐਂਗਲ ਆ ਗਿਆ 120 ਜਾਂ 160-30 ਕੁਛ ਵੀ ਆ ਗਿਆ ਇਹਦੇ ਕਰਕੇ ਕੱਢਣਾ ਆਪਾਂ ਥੀਟਾ ਐਂਗਲ ਕਰਕੇ ਤਾਂ ਫਿਰ ਜਿਹੜਾ ਆਪਣਾ ਸੈਕਟਰ ਦਾ ਫਾਰਮੂਲਾ ਹੁੰਦਾ ਨਾ ਪਲੱਸ ਹੁੰਦਾ ਦਸਵੀਂ ਥੀਟਾ ਬਾਈ 360 ਇਨ ਟੂ ਜਿਹੜਾ ਮੈਗਨੈਟਿਕ ਫੀਲਡ ਜਿਹੜਾ ਹੈਗਾ ਸਾਰਾ ਲਾ ਦਿਓ ਇਸ ਤਰ੍ਹਾਂ 2 ਪਾਈ ਆਈ ਬਾਈ ਆਰ ਹੁਣ ਉਰੇ ਜਿਹੜਾ ਥੀਟਾ ਗਿਵਨ ਹੋਇਆ ਉਹ ਥੀਟਾ ਵੀ ਕਰ ਦੇਣਾ 60 ਹੋਇਆ ਤਾਂ 70 ਹੋਇਆ ਜੋ ਵੀ ਹੋਏਗਾ ਉਹ ਵੈਲੀ ਯੂਜ਼ ਹੋ ਜਾਏਗੀ ਉੱਥੇ ਤੇ ਅਗਰ ਆਪਾਂ ਨੂੰ
सेमी सर्कल होया फिर हाफ कर देना, पूरा सर्कल होया फॉलो ये सोचूंगा, ये कोई भी एंगल दे हो जाता है जितना एंगल हो पूरे लगा के इनटू फुल साइकिल लगा दो। न्यूमेरिकल वाले जब करते हैं पहले एक डेरिवेशन कर लेंगे पूरा, और सो एक डेरिवेशन हम लोग ये एक्सेस हम लोग थे ये सेंटर दे सी नेटिंग एट द सेंटर अगर एट द एक्सेस ऑफ सर्कुलर लूप ਇਹ ਵੀ ਬਾਇਓਸੈਪਟ ਨਾਲ ਯੂਜ਼ ਕਰਦੇ ਆ ਆਪਾਂ ਤਾਂ ਆ ਇੱਕ ਸਰਕੂਲਰ ਲੂਪ ਆ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਰੱਖਿਆ ਬਟ ਐਂ ਰੱਖਿਆ ਹੋਇਆ ਠੀਕ ਹੈ ਬੋਰਡ ਦੇ ਅਕੋਰਡਿੰਗ ਸਾਈਡ ਵਾਈਜ਼ ਬਿਆ ਕੇ ਤੇ ਆ ਫਿਰ ਇਹਦਾ ਐਕਸੈਸ ਹੋ ਜਾਏਗਾ ਇੱਧਰ ਨੂੰ ਤਾਂ ਐਕਸੈਸ ਤੇ ਆਪਾਂ ਪੁਆਇੰਟ ਲੈ ਕੇ ਕਰ ਲੈਣਾ ਕੰਸੀਡਰ ਕਰ ਲਏ ਕਿ ਐਨੀ ਪੁਆਇੰਟ ਪੀ ਫਰੋਮ ਦਾ ਸੈਂਟਰ ਐਟ ਡਿਸਟੈਂਸ ਐਕਸ ਐਕਸ ਤੇ ਵੇਰੀਏਬਲ ਨਹੀਂ ਆ ਤਿਆਰ ਕਿ ਇੱਥੇ ਐਕਸ ਕਾਂਸਟੈਂਟ ਆ ਰਹਿੰਦਾ ਠੀਕ ਹੈ ਕੋਈ ਨਾਮ ਆਪਾਂ ਮੋਸਟਲੀ ਐਕਸ ਵੇਰੀਏਬਲ ਦੇ ਦਿੰਦੇ ਆ ਪਰੇ ਡੈਰੀਵੇਸ਼ਨ ਜਿਹੜੀ x ਆ ਕਨਸਟੈਂਟ ਆ ਮੰਨ ਇਹਦੇ ਸੈਂਟਰ ਤੋਂ ਡਿਸਟੈਂਸ ਜਿਹੜਾ ਹੈ ਤੇ ਇਹਦਾ ਰੇਡੀਅਸ ਵੀ ਲੈਟ ਕਰ ਲਿਓ ਇਹ ਲੂਪ ਹੈ ਇਹਦਾ ਰੇਡੀਅਸ ਹੈਗਾ a ਤੇ ਆਪਾਂ ਮੈਗਨੈਟਿਕ ਫੀਲਡ ਅਪਲਾਈ ਕਰਨਾ ਹੈ ਤੇ b ਨਾਲ ਦੀ ਵੈਲਿਊ ਵੱਧਦੀ ਹੈ dv ਦੀ ਤਾਂ ਬਾਇਓਸੈਪਟ ਦਾ ਆਉਂਦੀ ਪਹਿਲਾਂ ਸਮਾਲ ਕਰੰਟ ਐਲੀਮੈਂਟ ਲਾਉਂਗੇ ਆਪਾਂ ਤਾਂ ਆਪਾਂ ਇਹ ਆ ਗਿਆ ਸਮਾਲ ਕਰੰਟ ਐਲੀਮੈਂਟ dl ਇੱਥੇ ਤਾਂ ਇਹ dl ਕਰਕੇ ਦੇਖ ਲੈਣਾ ਆਪਾਂ ਮੈਗਨੈਟਿਕ ਫੀਲਡ ਕਿੰਨਾ ਬਣਦਾ ਫਿਰ ਸਾਰੇ ਦੀ ਇੰਟੀਗ੍ਰੇਸ਼ਨ ਤਾਂ ਡਿਸਟੈਂਸ ਲੈਟ ਕਰ ਲਓ ਡੀ ਐਲ ਤੋਂ ਆਰ ਹੈ ਤਾਂ ਮੈਗਨੈਟਿਕ ਫੀਲਡ ਬਾਇਓ ਸੈਪਟ ਦੇ ਲਾ ਦੇ ਬਣੀ ਆਈ ਬੀ ਐਲ ਸਾਈਨ ਥੀਟਾ ਬਾਈ ਆਰ ਸਕੁਅਰ ਇਹ ਮੈਗਨੈਟਿਕ ਫੀਲਡ ਬਣਿਆ ਪੀ ਪੁਆਇੰਟ ਤੇ ਸਮਾਲ ਮੈਗਨੈਟਿਕ ਫੀਲਡ ਪਰ ਇੱਥੇ ਹੁਣ ਐਂਗਲ ਕਰਾ ਧਿਆਨ ਰੱਖਣਾ ਬਹੁਤ ਧਿਆਨ ਰੱਖਣਾ ਜਿਹੜਾ ਇੱਕ ਲੂਪ ਆ ਮੰਨ ਲਓ ਜਿਵੇਂ ਆਪਾਂ ਆ ਸਮਝਿਆ ਸੀ ਇਸ ਨਾਲ ਕੜੀ ਦੇ ਨਾਲ ਲੂਪ ਇਸ ਤਰ੍ਹਾਂ ਪਿਆ ਹੈ ਠੀਕ ਹੈ ਤੇ ਜਿਹੜਾ ਪੀ ਪੁਆਇੰਟ ਆ ਉਹ ਇਹਦੇ ਐਕਸਿਸ ਤੇ ਆ ਇਹਦੇ ਐਕਸ ਆ ਰਿਹਾ ਐਕਸਿਸ ਦਾ ਇਹਦੇ ਸਾਹਮਣੇ ਜਿਵੇਂ ਆ ਐਕਸਿਸ ਮੈਂ ਮਾਰਕਰ ਨਾਲ ਸ਼ੋ ਕਰ ਰਿਹਾ ਹਾਂ ਆ ਐਕਸਿਸ ਆ ਇਹਦੇ ਉੱਪਰ ਹੈ ਤੇ ਜਿਹੜਾ ਦੂਜਾ ਪੁਆਇੰਟ ਆ ਆ ਦੂਜਾ ਮਾਰਕਰ ਤਾਂ ਆ ਡੀਐਲ ਇਹਦੇ ਉੱਪਰ ਪੋਰਸ਼ਨ ਆ ਵੀ ਠੀਕ ਹੈ ਇੱਥੋਂ ਆਪਾਂ ਇਹ ਲੈਂਥ ਲਈ ਇਧਰ ਆ ਗਏ ਠੀਕ ਹੈ ਆਰ ਇਹਦਾ ਟੇਢਾ ਮਾਰਕਰ ਉਹ ਸ਼ੋ ਕਰਦਾ ਪਿਆ ਤਾਂ ਆਪਾਂ ਐਂਗਲ ਦੇਖਣਾ ਇੱਥੇ ਡੀਐਲ ਤੇ ਆਰ ਦੇ ਵਿਚਕਾਰ ਤਾਂ ਪੇਪਰ 'ਚ ਇਹਨਾਂ ਦੇਖਣ ਦੀ ਲੋੜ ਨਹੀਂ ਪੇਪਰ ਸਿੱਧਾ ਯਾਦ ਰੱਖ ਲਿਓ ਹੁਣ ਤੁਹਾਨੂੰ ਸਮਝਾਉਂਦੇ ਮੈਂ ਦੱਸ ਰਿਹਾ ਮੈਂ ਜਿਹੜਾ ਐਂਗਲ 90 ਡਿਗਰੀ ਹੋਏਗਾ ਜੇ ਆਪਾਂ ਇੱਥੋਂ ਸਾਈਡ ਤੋਂ ਦੇਖੀਏ ਜਿਹੜਾ ਐਂਗਲ ਆ ਡੀਐਲ ਦੇ ਵਿਚਕਾਰ ਦੇਖੋ ਆ ਐਂਗਲ ਦੇਖਣਾ ਇਧਰੋਂ ਡੀਐਲ ਆ ਮਾਰਕਰ ਤਾਂ ਆ ਐਂਗਲ ਮਾਰਕਰ ਵਾਲੀ ਲਾਈਨ ਦੇ ਵਿਚਕਾਰ ਤੇਰੀ ਸਰਕਲ ਦੀ ਲਾਈਨ ਦੇ ਵਿਚਕਾਰ ਆ ਐਂਗਲ 90 ਡਿਗਰੀ ਹੈ ਇੱਥੇ ਤਾਂ ਸਾਈਨ 90 ਕੀ ਹੁੰਦਾ ਆਪਣੇ ਕੋਲੇ ਪੁੱਟ ਕਰ ਦਾਂਗੇ ਇੱਥੇ 1 ਤਾਂ ਸਾਈਨ ਹਟ ਜੂਗਾ ਇੱਥੇ ਤਾਂ ਮਿਊ ਨਾਟ ਬਾਈ 4 ਪਾਈ ਸਮਾਲ ਮੈਗਨੈਟਿਕ ਫੀਲਡ ਰਹਿ ਗਿਆ ਆਈ ਡੀਐਲ ਬਾਈ ਆਰ ਸਕੁਅਰ ਇਹ ਸਮਾਲ ਮੈਗਨੈਟਿਕ ਫੀਲਡ ਆ ਗਿਆ ਐਟ ਪੁਆਇੰਟ ਬੀ ਤੇ ਹੁਣ ਦੂਜਾ ਕੰਮ ਇਹਦੀ ਡਾਇਰੈਕਸ਼ਨ ਕੱਢਣ ਦਾ ਆਪਣੇ ਕੋਲੇ ਤਾਂ ਡਾਇਰੈਕਸ਼ਨ ਆਪਾਂ ਕੀ ਅਸੀਂ ਇਹ ਡੀਐਲ ਤੇ ਆਰ ਦੇ ਦੋਵਾਂ ਦੇ ਪਰਪੈਂਡੀਕੁਲਰ ਹੁੰਦੀ ਹੈ ਤਾਂ ਆਰ ਦੇ ਪਰਪੈਂਡੀਕੁਲਰ ਆਪਾਂ ਡਾਇਰੈਕਸ਼ਨ ਪਾਉਣੀ ਹੈ ਤਾਂ ਆ ਇਹਨਾਂ ਦੇ ਦਿਖਾਇਆ ਨਹੀਂ ਇਹ ਡੀਬੀ ਬਣ ਗਿਆ ਮੈਗਨੈਟਿਕ ਫੀਲਡ ਜੋ ਡੀਐਲ ਜਿਹੜਾ ਡੀਐਲ ਦੇ ਵੀ ਤੇ ਆਰ ਦੇ ਵੀ ਕੀ ਆ ਪਰਪੈਂਡੀਕੁਲਰ ਹੁਣ ਕੀ ਕਰਨਾ ਆਪਾਂ ਇਹਦੇ ਆਪੋਜ਼ਿਟ ਇੱਕ ਪੋਰਸ਼ਨ ਹੋਰ ਮੰਨ ਲੈਣਾ ਬਿਲਕੁਲ ਆਪੋਜ਼ਿਟ ਦੇ ਜਾਵਾਂ ਸਾਹਮਣੇ ਵਾਲੇ ਪਾਸੇ ਇਹਨੂੰ ਲੈਂਥ ਸੇਮ ਹੀ ਲੈਣੀ ਹੈ ਡੀਐਲ ਹੀ ਲੈਣੀ ਹੈ ਤੇ ਇਸ ਪੁਆਇੰਟ ਕਰਕੇ ਮੈਗਨੈਟਿਕ ਫੀਲਡ ਦੇਖਣਾ ਬੀ ਦੇ ਕਿੰਨਾ ਹੁੰਦਾ ਪਿਆ ਹੁਣ ਆਪਾਂ ਨੂੰ ਪਤਾ ਦੇਖੋ ਜੇ ਇਹਦੇ ਆਪੋਜ਼ਿਟ ਆ ਸਾਹਮਣੇ ਠੀਕ ਹੈ ਤਾਂ ਆ ਡਿਸਟੈਂਸ ਸੇਮ ਹੀ ਹੋਊਗਾ ਉਹਨੇ ਆਰ ਹੀ ਹੋਏਗਾ ਕਿਉਂਕਿ ਜਿਹੜਾ ਐਕਸਿਸ ਤੇ ਪੁਆਇੰਟ ਹੁੰਦਾ ਉਹ ਸਾਰੇ ਲੂਪ ਤੋਂ ਬਰਾਬਰ ਡਿਸਟੈਂਸ ਤੇ ਹੁੰਦਾ ਜਿਹਦੇ ਇਮੇਜਿਨ ਕਰਕੇ ਦੇਖੋਗੇ ਜੀ ਨੂੰ ਕਿ ਆ ਐਕਸਿਸ ਦੇ ਉੱਪਰ ਕੋਈ ਵੀ ਪੁਆਇੰਟ ਲੈ ਲਓ ਠੀਕ ਹੈ ਮਾਰਕਰ ਦੇ ਉੱਪਰ ਉਹਦਾ ਡਿਸਟੈਂਸ ਕੀ ਹੋਊਗਾ ਸਰਕਲ ਤੋਂ ਇਕੁਅਲ ਹੋਏਗਾ ਸਾਰੇ ਪਾਸੇ ਤਾਂ ਇਹ ਆ ਰਹੀ ਹੋਏਗਾ ਪਰ ਇਹ ਮੈਗਨੈਟਿਕ ਫੀਲਡ ਨੂੰ ਡੀਬੀ ਡੈਸ਼ ਲਿਖ ਲੈਣੇ ਕੋਈ ਐਂਗਲ ਵੀ 90 ਬਣੂ ਤਾਂ ਕਿ ਮੈਂ ਸਾਈਨ ਨਾਲ ਲਾਈ ਨਹੀਂ ਦੇ ਤੇ ਕਲਾ ਕਰੰਟ ਵੀ ਸੇਮ ਹੀ ਚੱਲ ਰਿਹਾ ਲੂਪ ਦੀ ਲੈਂਥ ਵੀ ਆਪਾਂ ਡੀਐਲ ਦੀ ਉਨੀ ਲਈ ਆ ਤੇ ਡਿਸਟੈਂਸ ਵੀ ਸੇਮ ਆ ਇਹਦੇ ਮਤਲਬ ਮੈਗਨੀਟਿਊਡ ਵਾਈਜ਼ ਦੋਨੋਂ ਕੀ ਆ ਡੀਬੀ ਦਾ ਤੇ ਡੀਬੀ ਡੈਸ਼ ਦਾ ਜਿਹੜਾ ਮੈਗਨੀਟਿਊਡ ਆ ਉਹ ਇਕੁਅਲ ਆ ਡਾਇਰੈਕਸ਼ਨ ਦਾ ਫਰਕ ਹੋਏਗਾ ਕਿਉਂ ਕਿਉਂਕਿ ਜਿਹੜਾ ਆ ਮੈਗਨੈਟਿਕ ਫੀਲਡ ਆ ਇਹ ਤੋਂ ਪਰਪੈਂਡੀਕੁਲਰ ਚਾਹੀਦਾ ਤਾਂ ਮੈਗਨੈਟਿਕ ਫੀਲਡ ਤਾਂ ਪਰਪੈਂਡੀਕੁਲਰ ਇਹਦਾ ਬਣੂਗਾ ਆ ਡਾਇਰੈਕਸ਼ਨ ਵਿੱਚ ਇਹ ਡੀਬੀ ਡੈਸ਼ ਹੈ ਪੀ ਪੁਆਇੰਟ ਜਿਹੜਾ ਮੈਗਨੈਟਿਕ ਫੀਲਡ ਆ ਇੱਧਰ ਨੂੰ ਆਉਣੀ ਹੈ ਆ ਦੋਨੋਂ ਦੀ ਡਾਇਰੈਕਸ਼ਨ ਹੁੰਦੀ ਆ ਤਾਂ ਹੁਣ ਆਪਾਂ ਨੂੰ ਥੋੜ੍ਹਾ ਹੋਰ ਸਿੰਪਲ ਕਰ ਲਈ ਕੀ ਕਰਨਾ ਵਾ ਇਹਦੇ ਦੋਨੋਂ ਮੈਗਨੈਟਿਕ ਫੀਲਡ ਬਣੇ ਨੂੰ ਕੰਪੋਨੈਂਟ ਫਾਰਮ 'ਚ ਬ੍ਰੇਕ ਕਰ ਲਓ ਆ ਐਂਗਲ ਨੂੰ ਲੈਟ ਕਰ ਲਓ ਇੱਕ ਵਾਰੀ 5 ਆ ਵੀ ਨੀਚੇ ਵੀ 5 ਨੂੰ ਤੇ ਇਹਦੇ ਕੰਪੋਨੈਂਟਸ ਬਣਾ ਦਿਓ ਕਿਵੇਂ ਇੱਕ ਕੰਪੋਨੈਂਟ ਉੱਪਰ ਨੂੰ ਇੱਕ ਐਕਸਿਸ ਦੇ ਵੱਲ ਨੂੰ ਜੇ ਆ ਥੀਟਾ ਐਂਗਲ ਆ ਤਾਂ ਮੈਂ ਦੇ
ਤੁਹਾਨੂੰ ਤੁਸੀਂ ਦੇਖੋਗੇ ਤਾਂ ਬਹੁਤ ਦੱਸਿਆ ਹੋਇਆ ਆਪੇ ਹੁਣ ਦਿਮਾਗ ਲਾ ਰਹੀ ਤੁਸੀਂ ਯਾਦ ਰੱਖਿਓ ਆਹ ਫਾਈ ਦਾ ਵੀ ਫਾਈ ਹੋਊਗਾ ਤਾਂ ਕੰਪੋਨੈਂਟ ਇੱਧਰ ਨੂੰ ਬਣੂਗਾ ਡੀ ਬੀ ਕੋਸ ਫਾਈ ਇੱਧਰ ਨੂੰ ਬਣੇਗਾ ਡੀ ਬੀ ਸਾਈਨ ਫਾਈ ਕੰਪੋਨੈਂਟ ਉਵੇਂ ਨੀਚੇ ਜਿਹੜਾ ਡੀ ਬੀ ਡੈਸ਼ ਦਾ ਨੀਚੇ ਨੂੰ ਬਣੇਗਾ ਡੀ ਬੀ ਕੋਸ ਫਾਈ ਇੱਧਰ ਨੂੰ ਡੀ ਬੀ ਡੈਸ਼ ਸਾਈਨ ਫਾਈ ਇਹ ਵੀ ਡੈਸ਼ ਹੋਊਗਾ ਡੀ ਬੀ ਡੈਸ਼ ਹੁਣ ਆਪਾਂ ਕੀ ਕਰਨਾ ਦੇਖੋ ਆਪਾਂ ਲਿਖਿਆ ਮੈਗਨੀਟਿਊਡ ਦੋਵਾਂ ਦੇ ਵੈਲਿਊ ਨੂੰ ਦੇਖਦੇ ਹਾਂ ਦੋਵਾਂ ਦੋਵਾਂ ਦੇ ਮੈਗਨੀਟਿਊਡ ਬਰਾਬਰ ਆ ਤੇ ਜਿਹੜਾ ਕੰਪੋਨੈਂਟ ਆ ਫਿਰ ਡੀ ਬੀ ਕੋਸ ਫਾਈ ਤੇ ਡੀ ਬੀ ਡੈਸ਼ ਕੋਸ ਫਾਈ ਵਾਲੇ ਇਹ ਇਕੁਅਲ ਤੇ ਆਪੋਜ਼ਿਟ ਹੋ ਗਏ ਦੋਨੋਂ ਤਾਂ ਆਪਾਂ ਨੇ ਦੋਨੋਂ ਕੰਪੋਨੈਂਟ ਇੱਕ ਦੂਜੇ ਨਾਲ ਕੀ ਕਰਨਗੇ ਕੈਂਸਲ ਕਰ ਇੱਥੇ ਕੱਟ ਕੇ ਨਹੀਂ ਦਿਖਾਉਣਾ ਮੈਂ ਵੈਸੇ ਕੀਤਾ ਤੁਸੀਂ ਇੱਥੇ ਪੇਪਰ 'ਚ ਲਿਖ ਕੇ ਦੱਸ ਰਿਹਾ ਸੀ ਇਹ ਦੋਨੋਂ ਕੰਪੋਨੈਂਟ ਕੈਂਸਲ ਹੋ ਰਹੇ ਆ ਕਿਹੜੇ ਕੰਪੋਨੈਂਟ ਐਡ ਹੋਣਗੇ ਜਿਹੜੇ ਐਕਸਿਸ ਦੇ ਵੱਲ ਨੂੰ ਸੇਮ ਡਾਇਰੈਕਸ਼ਨ ਵਿੱਚ ਫਿਰ ਉੱਤੇ ਆਪਾਂ ਲਾਈਨ ਲਿਖਣੀ ਹੈ ਕਿ ਇਹ ਸਿਰਫ ਆਪਾਂ ਦੋ ਪੋਰਸ਼ਨ ਲਏ ਸੀ ਇਹ ਡੀ ਐਲ ਹੁਣ ਬਾਕੀ ਪੋਰਸ਼ਨ ਆਪਾਂ ਹੋਰ ਕੰਸਿਡਰ ਕਰਾਂਗੇ ਉਹ ਇਹਦੇ ਉੱਪਰ ਆਪਾਂ ਉੱਥੇ ਲਿਖਣਾ ਪੇਪਰ 'ਚ ਕਿ ਜਿੰਨਾ ਈਚ ਡੀ ਐਲ ਲੈਂਥ ਵਾਸਤੇ ਡੀ ਬੀ ਕੋਸ ਫਾਈ ਕੰਪੋਨੈਂਟ ਕੈਂਸਲ ਹੋ ਜਾਏਗਾ ਈਚ ਲੈਂਥ ਦਾ ਡੀ ਬੀ ਸਾਈਨ ਫਾਈ ਕੰਪੋਨੈਂਟ ਐਡ ਹੋ ਜਾਏਗਾ ਇਹਦਾ ਮਤਲਬ ਜੇ ਆਪਾਂ ਨੈਗੇਟਿਵ ਨੈਗੇਟਿਵ ਵੀ ਕੱਢਣਾ ਚਾਹੁੰਦੇ ਹਾਂ ਐਕਸਿਸ ਦੇ ਉੱਪਰ ਉਹ ਕੀ ਹੋਏਗਾ ਇਹਨਾਂ ਸਾਰੇ ਡੀ ਬੀ ਸਾਈਨ ਫਾਈ ਕੰਪੋਨੈਂਟ ਦਾ ਸਮ ਹੋ ਜਾਏਗਾ ਸਮ ਇੱਥੇ ਆਪਾਂ ਕੀ ਕਰਾਂਗੇ ਇੰਟੀਗ੍ਰੇਸ਼ਨ ਨਾਲ ਕਿਉਂਕਿ ਇਹ ਕੋਈ ਦੋ ਨਹੀਂ ਕੰਪੋਨੈਂਟ ਇਨਫਿਨਿਟੀ ਨੰਬਰ ਆਫ ਕੰਪੋਨੈਂਟਸ ਬਣਨੇ ਆ ਹਰੇਕ ਕੁਐਸਚਨ ਦੇ ਡੀ ਐਲ ਦੇ ਉਹਨਾਂ ਸਾਰਿਆਂ ਨੂੰ ਸਮ ਕਰਾਂਗੇ ਤਾਂ ਫਿਰ ਟੋਟਲ ਮੈਗਨੀਟਿਊਡ ਵੀ ਲੱਗ ਜਾਏਗਾ ਤਾਂ ਡੀ ਬੀ ਦੀ ਵੈਲਿਊ ਕਰ ਦੇਣੀ ਆਪਾਂ ਮੈਗਨੀਟਿਊਡ ਬਣਾਇਆ ਸੀ ਮਿਊ ਨਾਟ ਬਾਈ 4 ਪਾਈ ਆਈ ਡੀ ਐਲ ਬਾਈ ਆਰ ਸਕੁਅਰ ਇਨਟੂ ਸਾਈਨ ਫਾਈ ਸਾਈਨ ਫਾਈ ਦੀ ਵੀ ਵੈਲਿਊ ਬਣਾਉਣੀ ਦੇਖੋ ਇਸ ਟ੍ਰੈਂਗਲ ਤੋਂ ਸਾਈਨ ਫਾਈ ਇਹ ਟ੍ਰੈਂਗਲ ਦੇ ਬਾਈ ਯੂਜ਼ ਕਰਨੇ ਆ ਤਾਂ ਸਾਈਨ ਥੀਟਾ ਇਸ ਪਰਪੈਂਡੀਕੁਲਰ ਬਾਈ ਹਾਈਪੋਟੇਨਸ ਤਾਂ ਸਾਈਨ ਦੀ ਵੈਲਿਊ ਬਣ ਜੂਗੀ ਪਰਪੈਂਡੀਕੁਲਰ ਏ ਆ ਹਾਈਪੋਟੇਨਸ ਆਰ ਆ ਤਾਂ ਸਾਈਨ ਫਾਈ ਏ ਬਾਈ ਆਰ ਤੇ ਏ ਬਾਈ ਆਰ ਨੂੰ ਕਰ ਲਾਂਗੇ ਤੇ ਦੋਨੋਂ ਸਾਈਡ ਆਪਾਂ ਇੰਟੀਗ੍ਰੇਸ਼ਨ ਕਰਨੀ ਆ ਤਾਂ ਮਿਊ ਨਾਟ ਬਾਈ 4 ਬਾਈ ਕਾਮਨ ਆ ਜਾਏਗਾ ਆਈ ਕਾਮਨ ਆ ਜਾਏਗਾ ਆਰ ਦੀ ਕਿਊਬ ਆਰ ਕੋਸਾਈਨ ਟਰਮ ਉਹ ਵੀ ਕਾਮਨ ਆ ਜਾਏਗੀ ਏ ਉਹਦਾ ਰੇਡੀਅਸ ਆ ਇਹ ਵੀ ਕਾਮਨ ਆ ਜਾਏਗਾ ਅੰਦਰ ਕਲਰ ਆ ਜਾਏਗਾ ਡੀ ਐਲ ਦੇਖੋ ਡੀ ਐਲ ਦਾ ਇੰਟੀਗ੍ਰੇਸ਼ਨ ਕਰਾਂਗੇ ਤਾਂ ਕੀ ਆ ਜਾਏਗਾ ਇੱਥੇ ਦੇਖੋ ਇਹਨੂੰ ਦੋ ਤਰੀਕਿਆਂ ਨਾਲ ਇੰਟੀਗ੍ਰੇਸ਼ਨ ਕਰ ਸਕਦਾ ਲਿਆ ਜਾਂ ਤਾਂ ਲਿਮਿਟ ਲੈ ਕੇ ਘੱਟ ਤੋਂ ਵੱਧ ਡੀ ਐਲ ਦੀ ਵੈਲਿਊ 0 ਆ ਵੱਧ ਤੋਂ ਵੱਧ ਡੀ ਐਲ ਦੀ ਵੈਲਿਊ ਉਹਦਾ ਪੈਰੀਮੀਟਰ ਹੁੰਦਾ 2 ਪਾਈ ਏ ਫਿਰ ਤਾਂ ਡੀ ਐਲ ਦੀ ਇੰਟੀਗ੍ਰੇਸ਼ਨ ਐਲ ਕਰਕੇ ਲਿਮਿਟ ਭਰ ਦੇ ਜਾਂ ਆਪਾਂ ਜਦ ਤਰ੍ਹਾਂ ਕਰ ਦਿੰਦੇ ਡੀ ਐਲ ਦਾ ਸਿੱਧਾ ਹੀ ਪਤਾ ਆਪਾਂ ਟੋਟਲ ਲੈਂਥ ਕਿੰਨੀ ਆ ਤਾਂ ਡਾਇਰੈਕਟਲੀ ਲਿਖ ਦਿੰਦੇ ਆਪਾਂ ਲਿਮਿਟ ਲਈ ਤੋਂ ਬਿਨਾਂ ਕਿ ਡੀ ਐਲ ਦੀ ਟੋਟਲ ਲੈਂਥ ਕੀ ਬਣੇਗੀ ਉਹ ਸਰਕਲ ਦਾ ਪੈਰੀਮੀਟਰ ਬਣ ਜਾਂਦੇ ਤਾਂ ਸਰਕਲ ਦਾ ਪੈਰੀਮੀਟਰ ਕੀ ਹੁੰਦਾ ਆਪਣੇ ਕੋਲੇ 2 ਪਾਈ ਆਰ ਪਰ ਇੱਥੇ ਰੇਡੀਅਸ ਆਪਾਂ ਏ ਮੰਨਿਆ ਹੋਇਆ ਤਾਂ ਏ ਆ ਜੀ ਤਾਂ ਫਾਈਨਲ ਰਿਲੇਸ਼ਨ ਆ ਜਾਏਗਾ ਮੈਗਨੀਟਿਕ ਫੀਲਡ ਦਾ ਮਿਊ ਨਾਟ ਬਾਈ 4 ਪਾਈ 2 ਪਾਈ ਆਈ ਏ ਸਕੁਅਰ ਓਵਰ ਆਰ ਦੀ ਕਿਊਬ ਤੇ ਆਰ ਦੀ ਵੈਲਿਊ ਵੀ ਬਣਾ ਲੈਂਦੇ ਆਪਾਂ ਕਿਉਂਕਿ ਸ਼ੁਰੂ 'ਚ ਆਪਾਂ ਆਰ ਨੂੰ ਕੰਸਿਡਰ ਨਹੀਂ ਕੀਤਾ ਸੀਗਾ ਆਪਾਂ ਏ ਦੇ ਐਕਸ ਦੀ ਫੋਰਮ 'ਚ ਲਿਖਣਾ ਸਰ ਤੇ ਤੋਂ ਆਰ ਦੀ ਵੈਲਿਊ ਬਣਾਉਣੀ ਹੈ ਇਕੁਅਲ ਟੂ ਆਰ ਸਕੁਅਰ ਇਕੁਅਲ ਟੂ ਏ ਸਕੁਅਰ ਪਲੱਸ ਐਕਸ ਸਕੁਅਰ ਤੇ ਆਰ ਦੀ ਵੈਲਿਊ ਆ ਜਾਏਗੀ ਏ ਸਕੁਅਰ ਪਲੱਸ ਐਕਸ ਸਕੁਅਰ ਦੀ ਪਾਵਰ 1/2 ਰੂਟ ਇਹ ਵੈਲਿਊ ਤੇ ਭਰ ਦਿਓ ਆਪ ਏ ਸਕੁਅਰ ਪਲੱਸ ਐਕਸ ਸਕੁਅਰ ਦੀ ਪਾਵਰ 1/2 ਪਰ ਉੱਤੇ ਉਹਦੀ ਕਿਊਬ ਵੀ ਹੈ ਤਾਂ 1/2 ਦੀ ਕਿਊਬ ਕਰਾਂਗੇ ਤੇ ਬਣ ਜੂ 3/2 ਤਾਂ ਫਾਈਨਲ ਇਕੁਏਸ਼ਨ ਆ ਗਿਆ ਮੈਗਨੈਟਿਕ ਫੀਲਡ ਔਨ ਦਾ ਐਕਸਿਸ ਆਫ ਸਰਕੂਲਰ ਲੂਪ ਇਹਦਾ ਫਾਰਮੂਲਾ ਵੀ ਯਾਦ ਰੱਖਣਾ ਨਿਊਮੈਰੀਕਲ ਵੀ ਆਪਾਂ ਨੂੰ ਆ ਸਕਦਾ ਇਹਦੇ ਬੇਸ ਤੇ ਤੇ ਪਲੱਸ ਡੈਰੀਵੇਸ਼ਨ ਆਪਾਂ ਨੂੰ ਕਰਕੇ ਹੋਣੀ ਚਾਹੀਦੀ ਹੈ ਇਹਦੀ ਡਾਇਰੈਕਸ਼ਨ ਜੇ ਤੁਹਾਨੂੰ ਪੁੱਛਣਗੇ ਐਕਸਿਸ ਦੇ ਉੱਪਰ ਕਿੱਧਰ ਹੋਏਗੀ ਤਾਂ ਉਹੀ ਅਲੋਂਗ ਦਾ ਐਕਸਿਸ ਹੋਏਗੀ ਐਕਸਿਸ ਦੇ ਵੱਲ ਨੂੰ ਪਰ ਇਹ ਆਪਣੇ ਵੱਲ ਨੂੰ ਐਕਸਿਸ ਤੋਂ ਦੂਰ ਆ ਕਿ ਐਕਸਿਸ ਦੇ ਟੁਵਰਡਸ ਆ ਉਹਦੇ ਸੈਂਟਰ ਦੇ ਵੱਲ ਨੂੰ ਉਹੀ ਰਾਈਟ ਹੈਂਡ ਥੰਬ ਰੂਲ ਆ ਵਰਤਣਾ ਇਹਦੇ ਵਿੱਚ ਕਿਵੇਂ ਯੂਜ਼ ਕਰਨਾ ਰੂਲ ਫਿੰਗਰ ਨੂੰ ਰੋਟੇਟ ਕਰਨਾ ਕਰੰਟ ਦੀ ਡਾਇਰੈਕਸ਼ਨ ਦੇ ਵਿੱਚ ਜਿਹੜਾ ਥੰਮ ਆਪਣਾ ਉਹ ਆਪਾਂ ਦੱਸੂਗਾ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਸੇ ਜੇ ਇਸ ਤਰ੍ਹਾਂ ਫਿੰਗਰ ਰੋਟੇਟ ਹੋ ਰਹੀ ਆ ਤਾਂ ਥੰਮ ਆਪਣਾ ਬਾਹਰ ਨੂੰ ਜਾ ਰਿਹਾ ਤਾਂ ਬਾਹਰ ਨੂੰ ਹੋਏਗਾ ਜੇ ਕਰੰਟ ਆਲਟ ਚੱਲ ਰਿਹਾ ਹੋਊਗਾ ਇਸ ਤਰ੍ਹਾਂ ਤਾਂ ਮੈਗਨੈਟਿਕ ਫੀਲਡ ਕਰਨਾ ਹੋਏਗਾ ਠੀਕ ਹੈ ਤਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕਰਨ ਵਾਸਤੇ ਰਾਈਟ ਹੈਂਡ ਥੰਮ ਰੂਲ ਯੂਜ਼ ਕਰਨਾ ਇਸ ਤੋਂ ਬਾਅਦ ਚੈਪਟਰ ਚ ਆਉਂਦਾ ਵੀਅਰ ਸਰਕਟ ਲਾਅ
ਅੰਪੀਅਰ ਦਾ ਲਾਅ ਵੀ ਮੈਗਨੈਟਿਕਲੀ ਤੇ ਬੇਸਡ ਹੀ ਆ ਪਰ ਇਹ ਥੋੜਾ ਜਿਹਾ ਬਾਸ ਹੀ ਉਹਨਾਂ ਨਾਲ ਰਲਦਾ ਆ ਅੰਪੀਅਰ ਸਰਕਟ ਲਾਅ ਬੋਲਦੇ ਨਾ ਤੇ ਇਹਦੀ ਵੀ ਇੱਕ ਡੈਰੀਵੇਸ਼ਨ ਹੈਗੀ ਆਪਾਂ ਨੂੰ ਦੋ ਡੈਰੀਵੇਸ਼ਨ ਹੈ ਇਸ ਵਿੱਚ ਇੱਕ ਹੈਗਾ ਸਟੇਟ ਵਾਇਰ ਵਾਲਾ ਤਾਂ ਉਹ ਕਹਿੰਦਾ ਡੈਫੀਨੇਸ਼ਨ ਦੇ ਲਈ ਪਹਿਲਾਂ ਕੀ ਕਹਿੰਦਾ ਅੰਪੀਅਰ ਸਰਕਟ ਦਾ ਕਹਿੰਦਾ ਅਗਰ ਆਪਾਂ ਬੀ ਡੋਟ ਡੀ ਐਲ ਦੀ ਇੰਟੀਗ੍ਰੇਸ਼ਨ ਕਰ ਦਾਂਗੇ ਤਾਂ ਕਾਹਦੇ ਬਰਾਬਰ ਹੋ ਜਾਏਗਾ ਮਿਊ ਨਾਟ ਟਾਈਮਸ ਕਰੰਟ ਦੇ ਇਕੁਅਲ ਇਹ ਥੋੜ੍ਹਾ ਐਕਸਪਲੇਨ ਕਰਨਾ ਹੋਏ ਤਾਂ ਕੀ ਲਿਖਦੇ ਨੇ ਆਪਾਂ ਕਿ ਕੋਈ ਵੀ ਕਰੰਟ ਐਲੀਮੈਂਟ ਆ ਮਤਲਬ ਕਹਿੰਦਾ ਉਹਦੇ ਅਰਾਊਂਡ ਉਹਦੇ ਆਲੇ ਦੁਆਲੇ ਤੁਸੀਂ ਕੀ ਲੈ ਲਓ ਇੱਕ ਲੂਪ ਲੈ ਲਓ ਲੂਪ ਦੀ ਸ਼ੇਪ ਵੀ ਉਹਨੇ ਡਿਫਾਈਨ ਕੀਤੀ ਜਿਹੜੀ ਮਰਜ਼ੀ ਸ਼ੇਪ ਦਾ ਲੂਪ ਹੋਵੇ ਕਲੋਜ ਲੂਪ ਚਾਹੀਦਾ ਪਰ ਉਹ ਕਿਹਾ ਨਹੀਂ ਤੇ ਇੱਥੇ ਆਪਾਂ ਇੱਕ ਲਾਈਨ ਦੀ ਲਾ ਦਿੰਦੇ ਹਾਂ ਕਲੋਜ ਲੂਪ ਕਹਿੰਦਾ ਕਰੰਟ ਐਲੀਮੈਂਟ ਦੇ ਅਰਾਊਂਡ ਅਰਾਊਂਡ ਦਾ ਮਤਲਬ ਉਹਨੂੰ ਵਿੱਚ ਲੈਣਾ ਕਰੰਟ ਐਲੀਮੈਂਟ ਨੂੰ ਉਹਦੇ ਅਰਾਊਂਡ ਇੱਕ ਲੂਪ ਡਰਾ ਕਰ ਦਿਓ ਤੇ ਲੂਪ ਦੇ ਉੱਪਰ ਤੁਸੀਂ ਕੀ ਕਰੋਗੇ ਇੰਟੀਗ੍ਰੇਸ਼ਨ ਦਾ ਮਤਲਬ ਸਮ ਕਰਨਾ ਕਿਹਦੇ ਉੱਪਰ ਇੱਕ ਲਾਈਨ ਦੇ ਉੱਪਰ ਡੀ ਐਲ ਇੱਕ ਸਮਾਲ ਲੈਂਥ ਆ ਪਰ ਉਹਦੀ ਇੰਟੀਗ੍ਰੇਸ਼ਨ ਕੀ ਸ਼ੋ ਕਰੀਏ ਪੂਰੀ ਲਾਈਨ ਨੂੰ ਇਹਨੂੰ ਬੋਲਿਆ ਕੀ ਜਾਂਦਾ ਲਾਈਨ ਇੰਟੈਗਰਲ ਆਫ ਮੈਗਨੈਟਿਕ ਫੀਲਡ ਲਾਈਨ ਇੰਟੈਗਰਲ ਦਾ ਮਤਲਬ ਇੱਕ ਲਾਈਨ ਦੇ ਉੱਪਰ ਸਮ ਕਰਨਾ ਆਪਾਂ ਮੈਗਨੈਟਿਕ ਫੀਲਡ ਦਾ ਓਵਰ ਆ ਕਲੋਜ ਲੂਪ ਇੱਕ ਕਲੋਜ ਲੂਪ ਦੇ ਵਿੱਚ ਅਗਰ ਆਪਾਂ ਮੈਗਨੈਟਿਕ ਫੀਲਡ ਦਾ ਸਮ ਕਰਾਂਗੇ ਤਾਂ ਕਾਹਦੇ ਕੋਲ ਹੋਏਗਾ ਉਹ ਇਕੁਅਲ ਹੋਏਗਾ ਮਿਊ ਨੋਟ ਟਾਈਮਸ ਜਿੰਨਾ ਉਹ ਲੂਪ ਵਿਧੀ ਕੀ ਲੰਘ ਰਿਹਾ ਹੋਊਗਾ ਕਰੰਟ ਲੰਘ ਰਿਹਾ ਲੂਪ ਵਿਧੀ ਕਰੰਟ ਦੇਖਣਾ ਉਹਦੇ ਕਰੰਟ ਥਰੀਡਿੰਗ ਥਰੂ ਦਾ ਲੂਪ ਜਿਹਦੇ ਆਪਾਂ ਕਹਿੰਦੇ ਕਿ ਐਕਸਪਲੇਨ ਵੀ ਕਰ ਦਿੰਦੇ ਕਿ ਇੱਕ ਕਰੰਟ ਉੱਪਰ ਨੂੰ ਜਾ ਰਿਹਾ ਮੰਨ ਲਓ 10 ਵਾਇਰ ਉੱਪਰ ਨੂੰ ਕਰੰਟ ਲੈ ਕੇ ਜਾ ਰਹੀ ਹੈ ਆਈ ਇੱਕ ਨਹੀਂ ਯੂਜ਼ ਕਰਨਾ ਆਪਾਂ 10 ਆਈ ਯੂਜ਼ ਕਰਾਂਗੇ ਇੱਥੇ ਤੇ ਜੇ ਮੰਨ ਲਓ 2 ਵਾਇਰ ਕਰੰਟ ਉੱਪਰ ਨੂੰ ਲੈ ਕੇ ਜਾ ਰਹੀਆਂ 2 ਚ ਕਰੰਟ ਨੀਚੇ ਨੂੰ ਆ ਰਿਹਾ ਆਈ ਆਈ ਕਰੰਟ ਆਈ ਉੱਪਰ ਨੂੰ ਜਾ ਰਿਹਾ ਤੇ ਆਈ ਨੀਚੇ ਨੂੰ ਤਾਂ 2i ਕਰੰਟ ਉੱਪਰ ਜਾ ਰਿਹਾ 2i ਨੀਚੇ ਨੂੰ ਜਾ ਰਿਹਾ ਤਾਂ ਟੋਟਲ ਕਰੰਟ ਥਰੀਡਿੰਗ ਇੱਥੇ 0 ਲੱਗ ਗਿਆ ਤੇ ਕਰੰਟ ਲੈਵਲ ਧਿਆਨ ਰੱਖਣਾ ਚਾਹੀਦਾ ਤੇ ਇਹਦੀ ਡੈਫੀਨੇਸ਼ਨ ਆ ਇਹਨੂੰ ਅਪਲਾਈ ਦੇਖੋ ਕਿਵੇਂ ਕਰਦੇ ਹਾਂ ਆਪਾਂ ਫਾਰਮੂਲੇ ਬਣਾਉਣ ਲਈ ਪਹਿਲਾਂ ਆਪਾਂ ਫਾਰਮੂਲਾ ਬਣਾਉਣਾ ਹੈ ਸਟੇਟ ਵਾਇਰ ਦਾ ਮੈਗਨੈਟਿਕ ਫੀਲਡ ਟੂ ਸਟੇਟ ਵਾਇਰ ਇੱਕ ਸਟੇਟ ਵਾਇਰ ਆ ਇਹਦਾ ਮੈਗਨੈਟਿਕ ਫੀਲਡ ਕੱਢਣਾ ਆਪਾਂ ਤੇ ਉਹਦੇ ਲਈ ਇਹਦੇ ਅਰਾਊਂਡ ਇੱਕ ਸਰਕੂਲਰ ਲੂਪਲੈਟ ਕਰ ਲੈਂਦੇ ਹਾਂ ਥੋੜ੍ਹਾ ਸੌਖਾ ਰੱਖਣ ਲਈ ਤੇ ਮੈਗਨੈਟਿਕ ਫੀਲਡ ਦਾ ਫਾਰਮੂਲਾ ਲਾ ਦੇਣਾ ਆਪਾਂ ਅੰਪੀਅਰ ਲਾਅ ਦਾ ਦੇਖੋ ਜਿਹੜਾ ਪਹਿਲਾਂ ਡੈਫੀਨੇਸ਼ਨ ਕੀਤੀ ਸੀ ਉਹ ਬਣਾਈ ਸੀ ਸਰਕੂਲਰ ਲੂਪ ਦਾ ਮੈਗਨੈਟਿਕ ਫੀਲਡ ਕੱਢਿਆ ਸੀ ਸੈਂਟਰ ਦੇ ਲੂਪ ਵਿੱਚ ਕਰੰਟ ਚੱਲ ਰਿਹਾ ਸੀ ਇੱਥੇ ਕੀ ਆ ਕਰੰਟ ਵਾਲੀ ਵਾਇਰ ਆ ਇਹਦੇ ਅਰਾਊਂਡ ਆਪਾਂ ਦੇਖਣਾ ਵਾ ਮੈਗਨੈਟਿਕ ਫੀਲਡ ਕਿੰਨਾ ਵਾ ਇਹ ਚ ਨਾ ਦੋ ਕੇਸ ਆ ਪਹਿਲਾ ਕੇਸ ਇਹ ਹੈਗਾ ਵਾਇਰ ਦੇ ਆਪਾਂ ਆਊਟਸਾਈਡ ਦੇਖ ਰਹੇ ਹਾਂ ਇੱਕ ਹੈਗਾ ਵਾਇਰ ਦੇ ਇਨਸਾਈਡ ਵੀ ਹੈਗਾ ਉਹ ਵੀ ਕੇਸ ਕਰਦੇ ਹਾਂ ਆਪਾਂ ਇਹ ਫਸਟ ਕੇਸ ਕਿਹੜਾ ਆਊਟਸਾਈਡ ਦਾ ਵਾਇਰ ਵਾਇਰ ਦੇ ਬਾਹਰਲੇ ਪਾਸੇ ਆਪਾਂ ਵਾਇਰ ਇਹਦੇ ਇੰਟਰਲੇ ਪਾਸੇ ਕਿੰਨੀ ਦੂਰ ਲੈਟ ਕਰ ਲਓ ਆਰ ਡਿਸਟੈਂਸ ਤੇ ਤਾਂ ਇਹਦੇ ਉੱਪਰ ਹੁਣ ਮੈਗਨੈਟਿਕ ਵੀ ਦੇਖ ਲਈਏ ਇਹਦੇ ਉੱਪਰ ਸਮਾਲ ਐਲੀਮੈਂਟ ਲੈਂਥ ਲੈਟ ਕਰ ਲੈਣੀ ਹੈ ਭਾਈ ਡੀ ਐਲ ਅਕੋਰਡਿੰਗ ਟੂ ਅੰਪੀਅਰ ਲਾਅ ਬੀ ਡੋਟ ਡੀ ਐਲ ਦਾ ਦੀ ਪ੍ਰੂਵ ਆ ਮਿਊ ਨਾਟ ਇਨ ਟੂ ਆਈ ਹੁਣ ਇੱਕੋ ਹੀ ਵਾਇਰ ਆ ਤਾਂ ਕਰੰਟ ਦੇ ਵਿਧੀ ਆਈ ਲੰਘ ਗਿਆ ਤੇ ਇੰਟੀਗ੍ਰੇਸ਼ਨ ਖੋਲਣ ਲਈ ਇਹਨੂੰ ਖੋਲ ਦੇਣਾ ਡੋਟ ਪ੍ਰੋਡਕਟ ਖੋਲ ਦੇਣਾ ਕੋਸ ਥੀਟਾ ਲੱਗਦਾ ਹੁੰਦਾ ਥੀਟਾ ਇੱਥੇ ਐਂਗਲ ਕਿਹਦੇ ਵਿਚਕਾਰ ਹੋਊਗਾ ਇੱਥੇ ਜਿਹੜਾ ਐਂਗਲ ਆ ਧਿਆਨ ਰੱਖਿਓ ਇਹ ਕਿਹਦੇ ਵਿਚਕਾਰ ਆ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਤੇ ਡੀ ਐਲ ਦੀ ਡਾਇਰੈਕਸ਼ਨ ਵਿਚਕਾਰ ਤਾਂ ਹੁਣ ਇੱਥੇ ਮੈਗਨੈਟਿਕ ਦੀ ਡਾਇਰੈਕਸ਼ਨ ਆਪਾਂ ਪਹਿਲਾਂ ਲੱਭ ਚੁੱਕੇ ਹਾਂ ਗੱਡੀ ਦੀ ਆ ਜਿਹੜਾ ਕਰੰਟ ਐਲੀਮੈਂਟ ਆ ਵਾਲੀ ਕਰੰਟ ਵਾਇਰ ਆ ਇਹਦੇ ਅਰਾਊਂਡ ਸਰਕੂਲਰ ਲੂਪਸ ਹੁੰਦੇ ਆ ਮੈਗਨੈਟਿਕ ਫੀਲਡ ਦੇ ਤੇ ਆ ਵੀ ਲੂਪ ਸਰਕੂਲਰ ਹੀ ਇਹਦੇ ਅਰਾਊਂਡ ਇਹਦਾ ਮਤਲਬ ਜਿੱਧਰ ਨੂੰ ਮੈਗਨੈਟਿਕ ਫੀਲਡ ਹੋਏਗਾ ਇਹਦਾ ਉਹਦੀ ਉੱਪਰੀ ਡੀ ਐਲ ਲੈਂਥ ਲਈ ਆਪਾਂ ਐਂਗਲ ਕਿੰਨੀ ਡਿਗਰੀ ਆਏਗਾ ਇੱਥੇ 0 ਕੋਆ 0 1 ਹੋ ਜਾਏਗਾ ਤੇ ਬੀ ਮੈਗਨੈਟਿਕ ਫੀਲਡ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਹਰੇਕ ਪੋਰਸ਼ਨ ਤੇ ਇੱਕੋ ਜਿਹਾ ਕਿਉਂ ਕਿਉਂਕਿ ਡਿਸਟੈਂਸ ਕੀ ਹੈ ਵਾਇਰ ਦਾ ਲੂਪ ਦਾ ਹਰੇਕ ਪੋਰਸ਼ਨ ਤੋਂ ਵਾਇਰ ਦੇ ਪੋਰਸ਼ਨ ਤੋਂ ਇਕੁਅਲ ਕਿਉਂਕਿ ਵਾਇਰ ਸੈਂਟਰ ਤੇ ਲਈ ਹੋਈ ਹੈ ਆਪਣੇ ਤਾਂ ਬੀ ਕਾਮਨ ਆ ਜਾਏਗਾ ਡੀ ਐਲ ਦੀ ਇੰਟੀਗ੍ਰੇਸ਼ਨ ਹੋ ਜਾਏਗੀ ਕੋਆ 0 1 ਹੋ ਗਿਆ ਬਸ ਆ ਛੋਟੀ ਜਿਹੀ ਡੈਰੀਵੇਸ਼ਨ ਤੇ ਇਥੋਂ ਮੈਗਨੈਟਿਕ ਫੀਲਡ ਲੈ ਲਓ ਐਟ ਦਾ ਸੈਂਟਰ ਡੀ ਐਲ ਦੀ ਇੰਟੀਗ੍ਰੇਸ਼ਨ ਹੋਈ 2 pi r ਆਰ ਇੱਥੇ ਕੀ ਆ ਵਾਇਰ ਪੀ ਪੁਆਇੰਟ ਦਾ ਡਿਸਟੈਂਸ ਆ ਇਹ ਪੀ ਪੁਆਇੰਟ ਆਪਾਂ ਲਿਆ ਸੀ ਨਾ ਇੱਥੇ ਤੇ ਇਹ ਪੀ ਪੁਆਇੰਟ ਦਾ ਡਿਸਟੈਂਸ ਆ ਜਾਏਗਾ ਫਰੋਮ ਦਾ ਵਾਇਰ ਇਹ ਓਵਰ ਲੈ ਜਾਓ ਬਸ ਫਿਰ ਮਿਊ ਨਾਟ ਬਾਈ ਆਈ ਓਵਰ 2 pi ਥੋੜ੍ਹਾ ਇਹਨੂੰ 4 pi ਦੀ ਫੋਰਮ ਦੇਖਣਾ ਤਾਂ ਕੀ ਕਰ ਦਿੰਦੇ ਆਪਾਂ ਇੱਥੇ 2 ਨਾਲ ਮਲਟੀਪਲਾਈ ਡਿਵਾਈਡ ਕਰ ਦਿਓ ਰਿਲੇਸ਼ਨ ਆ ਜਾਏਗਾ ਮਿਊ ਨਾਟ ਬਾਈ 4 pi
टू आई बाय आर ए मैग्नेटिक फील आ गया वायर ते करके एट एनी डिस्टेंस आर आउटसाइड का लूप आएगा ये भी ध्यान रखना इतनी चीज़ ये वायर ते अपन बाहरले पासे आ एक इस डायरेक्शन हो रही है वो है इनसाइड का वायर जब वायर ते अंदर आ इनसाइड का मतलब जिहड़ा करंट वाला मटीरियल है मतलब मैटल की बनी हुई है मैटल के अंदरले पासे आ बाहरले पासे नहीं ए डायरेक्शन कर ली ना वायर को थोड़ा जहा थिक वायर यूज करेंगे जहां सपोज कर लो कि वायर थोड़ी थिक आ सारी वायर है ठीक है सिलेंडर नहीं गए ये वायर है ये भी करंट सारी वायर भी करंट लग रहा है नहीं करंट लग सेंटर की लग रहा पूरी वायर भी करंट लगता पाया आवे एरोइड है वो करंट की ट्रेस दिखा रहा है कि सारी वायर ही जी करंट कैरी करती पाई है आई करंट तो इस वायर का रेडियस है ना वो लेट कर लो वी आर वायर का रेडियस तो आप मैगनैटिक फील देखना दे अंदर कितने भी ये अंदर किसी पॉइंट मैगनैटिक फील कि होगा तो इतने पॉइंट लैट कर लो पी वायर के अंदर ले पास ठीक है आ वायर का एक्सिस आ वायर का सेंटर आड़ा तो वह पी पॉइंट कितनी दूर आ वायर के सेंटर तो आर डिस्टेंस से स्मॉल आर डिस्टेंस रेडियस इतनी वही आर वायर के एक्सिस तो डिस्टेंस कि स्मॉल आर तो पी पॉइंट मैगनैटिक फील देखो नहीं बायोसेवर्ट का यूज करा फिर आप इंटीग्रेशन ऑफ बी डॉट ई एल इक्वल टू म्यू नॉट इन टू आई पर इतने आई डैश लिखा क्यों आई आप कि वायर के सारा जो करंट जा रहा है पर इतने जो करंट लेना हों के लेना हों जो लूप के जा रहा है तो हम लूप इतने आप छोटा माना अंदर ये लूप आ ठीक है बायोसेवर्ट का जो बीयर सर्किट लगता जो लूप होंगे वह लूप है तो ये उपर उ समॉल डी एल आप मान लेना लेंथ तो आप तो पहला सारा सेम ही है खोलेंगे तो कॉस जीरो ही मानो सर्कुलर लूप मैग्नेटिक फील का पर मेन जी समझ आई करंट कढ़न की है बाकी डेविएशन तो पहला नहीं इधरली साइड का इधरली साइड की डेविएशन होनी है देखो की पहले कॉस जीरो वन कर दो बी बार कर दो अंदर डी एल रह जाओ तो आई की वैल्यू कैसे बनानी है लूप वेस देखो तो आप इतने कंसिडर करना जो करंट यूनिफॉर्म आ सारे कितने करंट डेंसिटी बराबर है सारी वायर च तो आप लैट कर लेना की आ जी पूरी वायर वाली यदा एरिया कि रेडियस अपना वही आ गया हो वायर का क्रॉस सेक्शन एरिया कि आ गया पाई आर स्क्वायर तो उसे वह लिखा गया करंट थ्रो एरिया पाई आर स्क्वायर इज आई पूरी वायर भी करंट कि लंघ रहा थ्रो क्रॉस सेक्शन पाई आर स्क्वायर इज आई यूनिट एरिया भी करंट कि लंघूगा आई ओवर पाई आर स्क्वायर ते जेड़ा लूप आप लिया उदा एरिया किन्ना वा उदा एरिया होगा स्मॉल पाई आर स्क्वायर छोटी आर इन एरिया विद करंट लंग यूनिटी मेथड आप लाया कि टोटल वायर विद करंट लंग रहे आई यूनिट एरिया विद किन्ना लगेगा आई ओवर पाई आर स्क्वायर ते जिन्ना एरिया अपन रिक्वायर्ड आ उदे विद करंट किन्ना लगेगा तेनु मल्टीप्लाई कर दे आई ओवर पाई आर स्क्वायर इनटू पाई आर स्क्वायर तो पाई कटी जाऊगी तो वो आई डैश की वैल्यू होगी डीएल की इंटीग्रेशन इधर के पास है डीएल के ऊपर स्मॉल लेंथ है तो इंटीग्रेशन करके लूप की लेंथ आ जाएगी तो लूप की लेंथ इतने रेडियस लूप का रह जाएगा फिर टू पाई आर इक्वल टू म्यू नॉट इन टू आई डैश करंट के लिए यूज करना पाई डैश आर कितना है आई इन टू आर स्क्वायर ओवर आर स्क्वायर ये ओवर आर दी हो रही है रेडियस ये दो ही चाहिए थे आर ही स्क्वायर ही इतनी भी स्क्वायर ही होगा डिवाइड कर दो जाके उधर तो ए आएगा अपने बोले टू बाई आर डिवाइड हो गया म्यू नॉट ते आई आर स्क्वायर ओवर अरे टू बाई आर इतना के डिवाइड हो गया इन टू आर स्क्वायर एक आर ना आर कैंसिल होगी ते 4 by 9 ही फिर अपन 2 ना मल्टीप्लाई बाय कर तो फाइनल रिलेशन आ गया म्यू नॉट बाय 4 बाय ये रिलेशन याद भी रखना पड़ा न्यूमेरिकल प्रैक्टिस भी आ सकता है बेस पे आई ओवर आर स्क्वायर इन टू आर अब इस 2 भी आई होते 2 बाय
ਇਹ ਰਿਫਲੈਕਸ਼ਨ ਆ ਜਾਏਗਾ ਆਪਣੇ ਕੋਲੇ ਮੈਗਨੈਟਿਕ ਫੀਲਡ ਇਨਸਾਈਡ ਦਾ ਵਾਇਰ ਬਸ ਫਰਕ ਹੀ ਇੱਥੇ ਦੇਖੋ ਉਹਦੇ ਵਿੱਚ ਜਿਹੜਾ ਆਊਟਸਾਈਡ ਦਾ ਵਾਇਰ ਆ ਉਹ 2i/r ਆ ਜਿਹੜਾ ਇਨਸਾਈਡ ਦਾ ਵਾਇਰ ਆਪਣਾ ਮੈਗਨੈਟਿਕ ਫੀਲਡ ਆਇਆ ਉਹ ਆ ਰਿਹਾ ਵਾ 2i ਦਾ ਸੇਮ ਆ ਰਿਹਾ 0/4 ਵੀ ਸੇਮ ਆ ਰਿਹਾ ਇਕੱਲਾ ਓਰ ਦੇ ਵਿੱਚ ਆਰ ਸਕੇਅਰ ਆ ਗਿਆ ਇਹ ਜਿਹੜੀ ਵੱਡੀ ਆ ਲਿਖੀ ਉਹ ਵਾਇਰ ਦਾ ਰੇਡੀਅਸ ਆ ਜਿਹੜੀ ਸਮਾਲ ਆਰ ਆ ਉਹਦੇ ਐਕਸਿਸ ਤੋਂ ਡਿਸਟੈਂਸ ਆ ਅਤੇ ਇਹਦਾ ਗ੍ਰਾਫ ਵੀ ਤੁਹਾਡੇ ਨੋਟਸ 'ਤੇ ਬਣਾਇਆ ਹੋਇਆ ਸੀ ਆਪਾਂ ਇਹਦਾ ਗ੍ਰਾਫ ਆਪਾਂ ਦਾ ਜੇ ਗ੍ਰਾਫ ਬਣਾਉਣਾ ਹੈ ਤੁਹਾਨੂੰ ਕਹਿੰਦੇ ਗ੍ਰਾਫ ਨਾਲ ਪਲੋਟ ਕਰਕੇ ਦਿਖਾਓ ਇੱਕ ਸਾਈਡ ਤੋਂ ਆਪਾਂ ਕੀ ਲੈਣਾ ਮੈਗਨੈਟਿਕ ਫੀਲਡ ਇੱਕ ਸਾਈਡ ਨੂੰ ਵਾਇਰ ਦੇ ਸੈਂਟਰ ਤੋਂ ਡਿਸਟੈਂਸ ਲੈਣਾ ਤਾਂ ਆਪਾਂ ਕੀ ਦੇਖ ਰਹੇ ਦੇਖੋ ਸੈਂਟਰ ਤੋਂ ਡਿਸਟੈਂਸ ਆਰ ਆ ਡਾਇਰੈਕਟਲੀ ਆ ਮੈਗਨੈਟਿਕ ਫੀਲਡ ਦੇ ਆ ਦੇ ਨਹੀਂ ਮਤਲਬ ਜਦੋਂ ਆਪਾਂ ਸੈਂਟਰ ਤੋਂ ਦੂਰ ਜਾਵਾਂਗੇ ਇਹਦੇ ਐਕਸਿਸ ਤੋਂ ਮੈਗਨੈਟਿਕ ਫੀਲਡ ਵੱਧ ਰਿਹਾ ਹੋਊਗਾ ਜਿਵੇਂ ਆਰ ਵੱਧ ਰਿਹਾ ਤਾਂ ਮੈਗਨੈਟਿਕ ਫੀਲਡ ਇਨਕਰੀਜ਼ ਹੋ ਰਿਹਾ ਤਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਦਾ ਗ੍ਰਾਫ ਆ ਗਿਆ ਪਰ ਕਿੱਥੋਂ ਤੱਕ ਵਧੂਗਾ ਜਦੋਂ ਤੱਕ ਆਪਾਂ ਇਹਦੇ ਸਰਫੇਸ 'ਤੇ ਆ ਗਏ ਇੱਥੇ ਇਸ ਪੁਆਇੰਟ 'ਤੇ ਆ ਗਏ ਇੱਥੇ ਮੈਗਨੈਟਿਕ ਫੀਲਡ ਮੈਕਸੀਮਮ ਹੋ ਜਾਣਾ ਪਰ ਜਦੋਂ ਆਪਾਂ ਹੁਣ ਬਾਹਰ ਆ ਗਏ ਆਊਟਸਾਈਡ ਆ ਗਏ ਹੁਣ ਬੀ ਆਰ ਦੇ ਇਨਵਰਸਲੀ ਹੋ ਗਿਆ ਆਰ ਵਧੂਗਾ ਤਾਂ ਬੀ ਘਟੂਗਾ ਤਾਂ ਫਿਰ ਗ੍ਰਾਫ ਇਨਵਰਸਲੀ ਪ੍ਰੋਪੋਰਸ਼ਨਲ ਆ ਗਿਆ ਇਸ ਪੁਆਇੰਟ 'ਤੇ ਮੈਗਨੈਟਿਕ ਫੀਲਡ ਮੈਕਸੀਮਮ ਹੋ ਜਦੋਂ ਆਰ ਇਕੁਅਲ ਟੂ ਵੱਡੇ ਸਰਕਲ ਵਾਇਰ ਦੇ ਰੇਡੀਅਸ ਦੇ ਇਕੁਅਲ ਆ ਗਿਆ ਜਾਂ ਕਹਿ ਲਓ ਔਨ ਦਾ ਸਰਫੇਸ ਆ ਗਿਆ ਸਰਫੇਸ ਦੇ ਉੱਪਰ ਮੈਗਨੈਟਿਕ ਫੀਲਡ ਮੈਕਸੀਮਮ ਬਣੇਗਾ ਇਨਸਾਈਡ ਜੇ ਦੇਖਾਂਗੇ ਤਾਂ ਸੈਂਟਰ ਵੱਲ ਨੂੰ ਜਾਵਾਂਗੇ ਤਾਂ ਘਟੂਗਾ ਸੈਂਟਰ ਤੋਂ ਬਾਹਰ ਵੱਲ ਨੂੰ ਆਵਾਂਗੇ ਤਾਂ ਵਧੂਗਾ ਅਤੇ ਆਊਟਸਾਈਡ ਜਦੋਂ ਆ ਗਏ ਉਦੋਂ ਬਾਹਰ ਜਾ ਰਹੇ ਹਾਂ ਤਾਂ ਮੈਗਨੈਟਿਕ ਫੀਲਡ ਘੱਟ ਗਿਆ ਠੀਕ ਇਹ ਵੇਰੀਏਸ਼ਨ ਸ਼ੋਅ ਕਰਦੀ ਆਪਾਂ ਵਿਦ ਦਾ ਡਿਸਟੈਂਸ ਫਰੋਮ ਦਾ ਐਕਸਿਸ ਇਸ ਤੋਂ ਬਾਅਦ ਤੁਹਾਨੂੰ ਆ ਜਾਂਦੇ ਕੁਐਸਚਨ ਦੇ ਵਿੱਚ ਹਾਜ਼ਰ ਸੌਰੀ ਨਾਟ ਰਹਿ ਗਏ ਉਹਦੀ ਟੈਨਸ਼ਨ ਨਹੀਂ ਚੱਲ ਰਹੀ ਫਿਰ ਨਵਾਂ ਨਿਕਲ ਗਈ ਸੋਲੀਨੋਇਡ ਆਪਣੇ ਕੋਲ ਤਾਂ ਇਹਦਾ ਮੈਗਨੈਟਿਕ ਫੀਲਡ ਦੇਖਣਾ ਆਪਾਂ ਐਟ ਦਾ ਸੈਂਟਰ ਦੇ ਦੇ ਐਕਸਿਸ ਦੇ ਉੱਪਰ ਤਾਂ ਪਹਿਲਾਂ ਤੁਹਾਨੂੰ ਸੋਲੀਨੋਇਡ ਬਾਰੇ ਬੇਸਿਕਲੀ ਜਾਣਕਾਰੀ ਹੋਵੇ ਹੁੰਦਾ ਕੀ ਹੈ ਕਿ ਸੋਲੀਨੋਇਡ ਇੱਕ ਕਾਪਰ ਵਾਇਰ ਜਾਂ ਕੋਈ ਮੈਟੈਲਿਕ ਵਾਇਰ ਆਪਾਂ ਯੂਜ਼ ਕੀਤੀ ਹੁੰਦੀ ਹੈ ਜਿਹਨੂੰ ਵਾਊਂਡ ਕੀਤਾ ਹੁੰਦਾ ਆਪਾਂ ਜਦ ਤੱਕ ਤਾਂ ਮੋਸਟਲੀ ਸੌਫਟ ਐਰ ਦੇ ਕੋਰ ਦੇ ਉੱਪਰ ਵਾਊਂਡ ਕਰਦੇ ਆਪਾਂ ਜੇ ਕੁਛ ਨਹੀਂ ਕਰਦਾ ਏਅਰ ਕੋਰ ਬੋਲਦੇ ਹਾਂ ਆਪਾਂ ਇੱਕ ਵਾਰੀ ਏਅਰ ਕੋਰ ਹੀ ਮੰਨਦੇ ਹਾਂ ਸੌਫਟ ਐਰ ਨਹੀਂ ਮੰਨਦੇ ਖਾਲੀ ਹੈ ਵਾਊਂਡਿੰਗ ਅਗਲੀ ਵਾਇਰ ਤੇ ਤਾਂ ਉਹਦੇ ਐਕਸਿਸ ਦੇ ਉੱਪਰ ਮੈਗਨੈਟਿਕ ਫੀਲਡ ਦੇਖ ਰਹੇ ਆਪਾਂ ਤਾਂ ਆਪਾਂ ਇੱਥੇ ਉਹੀ ਅੰਪੀਅਰ ਲਾਅ ਲਾਉਣੇ ਦੇ ਸੀ ਅੰਪੀਅਰ ਲਾਅ ਦੇ ਬਣੀ ਮੈਗਨੈਟਿਕ ਫੀਲਡ ਕੀ ਹੋਊਗਾ ਮਿਊ ਨਾਟ ਇਨਟੂ ਆਈ ਦੇ ਇਕੁਅਲ ਤਾਂ ਇਹਦੇ 'ਚ ਆਪਾਂ ਜਿਹੜਾ ਲੂਪ ਆ ਧਿਆਨ ਰੱਖਿਓ ਕਿਵੇਂ ਮੰਨਣਾ ਆਪਾਂ ਰੈਕਟੈਂਗੂਲਰ ਲੂਪ ਕਲੈਕਟ ਕਰਨਾ ਇੱਥੇ ਇਸ ਤਰ੍ਹਾਂ ਜਿਹਨੂੰ ਨਾਮ ਲੈ ਲਓ ਏ ਬੀ ਸੀ ਡੀ ਇੱਕ ਰੈਕਟੈਂਗੂਲਰ ਲੂਪ ਮੰਨ ਲੈਣਾ ਆਪਾਂ ਤਾਂ ਉਹਦੇ ਕਰਕੇ ਮੈਗਨੈਟਿਕ ਫੀਲਡ ਕੱਢਣਾ ਆਪਾਂ ਇਸ ਦੇ ਐਕਸਿਸ ਤੇ ਇੱਥੇ ਕਿਤੇ ਵੀ ਤੇ ਇਹਦੇ ਉੱਪਰ ਲੈਂਥ ਲੈਟ ਕਰ ਲਿਓ ਇੱਕ ਸਮਾਲ ਲੈਂਥ ਡੀ ਐਲ ਤੇ ਆਪਾਂ ਨੂੰ ਪਤਾ ਨਾ ਮੈਗਨੈਟਿਕ ਫੀਲਡ ਹੁੰਦਾ ਜੇ ਆਪਾਂ ਇੱਥੇ ਉਹ ਲਾਈਏ ਲਓ ਹੈਲੋ ਫਾਰਮੂਲਾ ਲਾਈਏ ਕਰੰਟ ਟਾਈਮ ਉਹ ਰੈਲੇਟ ਕਰੋ ਤਾਂ ਮੈਗਨੈਟਿਕ ਫੀਲਡ ਵੀ ਅਲੋਂਗ ਦਾ ਐਕਸਿਸ ਹੀ ਹੋਊਗਾ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਤੇ ਡੀ ਐਲ ਦੀ ਡਾਇਰੈਕਸ਼ਨ ਸੇਮ ਆ ਇੱਥੇ ਪਰ ਇਹ ਚ ਨਾ ਮੈਗਨੈਟਿਕ ਫੀਲਡ ਨੂੰ ਚਾਰ ਇਹਨੂੰ ਜਿਹੜਾ ਇੰਟੀਗ੍ਰੇਸ਼ਨ ਉਹਨੂੰ ਚਾਰ ਹਿੱਸੇ ਤੋੜਨਾ ਪੈਣਾ ਆਪਾਂ ਨੂੰ ਕਿਉਂ ਇੱਥੇ ਐਂਡ ਹੋਰ ਆ ਇੱਥੇ ਐਂਗਲ ਹੋਰ ਆ ਇੱਥੇ ਐਂਗਲ ਹੋਰ ਤਾਂ ਇੱਕ ਏ ਬੀ ਮੰਨ ਲਾਂਗੇ ਆਪਾਂ ਇੱਥੋਂ ਏ ਟੂ ਬੀ ਅੱਛਾ ਏ ਬੀ ਲਿਖੋ ਇੱਕ ਏ ਬੀ ਵਾਇਰ ਦੀ ਇੰਟੀਗ੍ਰੇਸ਼ਨ ਅਲੱਗ ਹੋ ਜਾਏਗੀ ਬੀ ਸੀ ਦੀ ਅਲੱਗ ਹੋ ਜਾਏਗੀ ਬੀ ਡੋਟ ਡੀ ਐਲ ਸੀ ਡੀ ਦੀ ਅਲੱਗ ਹੋ ਜਾਏਗੀ ਅਤੇ ਡੀ ਡੀ ਏ ਦੀ ਅਲੱਗ ਹੋ ਜਾਏਗੀ ਚਾਰ ਹਿੱਸੇ ਨੇ ਆਪਾਂ ਇੰਟੀਗ੍ਰੇਸ਼ਨ ਤੋੜ ਦੇਣੀ ਆ ਮਿਊ ਨੋਟ ਇਨ ਟੂ ਆਈ ਦੀ ਅਲੱਗ ਫਿਰ ਇਹਦੇ ਬਾਅਦ ਆਪਾਂ ਕਹਿੰਦਾ ਜਿਹੜਾ ਬੀ ਏ ਤੋਂ ਬੀ ਤੱਕ ਆ ਇੱਥੇ ਮੈਗਨੈਟਿਕ ਫੀਲਡ ਅਤੇ ਡੀ ਐਲ ਦੇ ਵਿਚਕਾਰ ਐਂਗਲ 0° ਆ ਤਾਂ ਇਹ ਕੋਸ 0 ਹੋ ਜਾਏਗਾ ਇਹਦੇ 'ਚ ਆਈ ਐਂਗਲ ਦੇਖ ਲੈਣੇ ਪਹਿਲਾਂ ਬਾਕੀ ਉਹਨਾਂ ਨੂੰ ਬਾਅਦ 'ਚ ਕਰਦੇ ਜਿਹੜਾ ਬੀ ਸੀ ਪੋਰਸ਼ਨ ਆ ਹੁਣ ਮੈਗਨੈਟਿਕ ਫੀਲਡ ਆਪਾਂ ਕਹੀਏ ਅਲੋਂਗ ਦਾ ਐਕਸਿਸ ਆ ਤਾਂ ਲੂਪ ਜਮਾਂ ਕਲੋਜ਼ ਲਿਆ ਆਪਣੇ ਦੇ ਪੋਲ ਦੇ ਤਾਂ ਮੈਗਨੈਟਿਕ ਫੀਲਡ ਇੱਥੇ ਬਾਹਰ ਵੱਲੋਂ ਲੂਪ ਆਪਾਂ ਦਾਨੂੰ ਲਿਆ ਹੋਇਆ ਐਂਗਲ ਕਿੰਨਾ ਆ ਗਿਆ ਇੱਥੇ 90° ਕੋਸ 90 0 ਹੁੰਦਾ ਜਿਹੜਾ ਸੀ ਤੋਂ ਡੀ ਆ ਦਾ ਪੋਰਸ਼ਨ ਇਹ ਨਾ ਸੋਲੀਨੋਇਡ ਦੇ ਆਊਟਸਾਈਡ ਦਾ ਪੋਰਸ਼ਨ ਤਾਂ ਜਿਹੜਾ ਆਪਾਂ ਰੂਪ ਪੜਦਾ ਨਾ ਮੈਗਨੈਟਿਕ ਫੀਲਡ ਸੋਲੀਨੋਇਡ ਦੇ ਆਊਟਸਾਈਡ ਬਹੁਤ ਹੀ ਥੋੜਾ ਹੁੰਦਾ ਲਗਭਗ ਨੈਗਲੀਜੀਬਲ ਹੀ ਹੁੰਦਾ ਤਾਂ ਇੱਥੇ ਆਪਾਂ ਜਿਹੜਾ ਮੈਗਨੈਟਿਕ ਫੀਲਡ ਕੀ ਹੋਏਗਾ ਇੱਥੇ ਬੀ ਦੀ ਵੈਲਿਊ 0 ਹੋਏਗੀ ਐਂਗਲ ਦੀ 0 ਹੋਏਗਾ ਜਿਹੜਾ ਮੈਗਨੈਟਿਕ ਫੀਲਡ ਹੋਊਗਾ ਆਊਟਸਾਈਡ ਦਾ ਸੋਲੀਨੋਇਡ ਉਹ 0 ਹੁੰਦਾ ਉਹ 0 ਪਰ
करंट पास कर रहा हूँ इस लूप में जब करंट देखी तो की आ रहा यह लूप के सोलनॉइड का सारा हिस्सा नहीं आप लिया अद्धा उपरला हिस्से लिया हुआ देखो तो उपरले हिस्से जो आप करंट आए घूम रहा मान लो ठीक है आ सोलनॉइड इन अद्ध च कट दो जो उपरला हिस्सा है ये आले दुआले आई जा रही वायर जो उपरला हिस्सा एक पास करंट जा रहा सारे वायर तो एक बिजली करंट इधर आई लंघ रहा तो जिन्हें ये टर्न्स होनगिया ਉਹਨਾਂ ਮਲਟੀਪਲਾਈ ਹੋ ਜੂ ਕਰੰਟ ਆਈ ਦੀ ਵੈਲਿਊ ਕੀ ਲਾਵਾਂਗੇ ਆਪਾਂ ਜਿੰਨਾ ਇੱਕ ਵਾਇਰ ਵਿਧੀ ਕਰੰਟ ਆ ਮਲਟੀਪਲਾਈ ਬਾਈ ਨੰਬਰ ਆਫ ਲੂਪਸ ਵੱਡੀ ਆ ਜਿੰਨੇ ਲੂਪ ਹੁੰਦੇ ਆ ਕੋਸ 0 ਕੋਸ 90 ਆ ਵੀ 0 ਹੋ ਗਿਆ ਕੋਸ 90 ਆ ਵੀ 0 ਹੋ ਗਿਆ ਇਕੱਲਾ ਰਹਿ ਗਿਆ ਕੋਸ 0 ਵਾਲਾ ਉਹ ਚ b ਕਾਮਨ ਆ ਜੂ ਅੰਦਰ d ਆ ਗਿਆ ਜੂ ਤੇ ਉਧਰ μ0 ਇਨਟੂ i ਇਨਟੂ n dl ਦੀ ਇੰਟੀਗ੍ਰੇਸ਼ਨ l ਹੋ ਜੂਗੀ एल की हुई थी सोलेनोइड की टोटल लेंथ तो ये होगा बी इनटू एल इक्वल टू म्यू नॉट आई इनटू एल एल को डिवाइड कर दो जाके तो मैग्नेटिक फील्ड आ गया म्यू नॉट आई एन ओवर एल एन ओवर एल को की लिख सकते हैं नंबर ऑफ टर्न्स पर यूनिट लेंथ इनको बस स्मॉल एल लिख देंगे तो रिलेशन आ जाएगा सोलेनोइड का म्यू नॉट एल ठीक है यार अपना भाई न्यूमेरिकल यूज हो सकता है म्यू नॉट इथे की है मीडियम है तो एन नंबर ऑफ टर्न्स पर यूनिट लेंथ है तो आई करंट है तो ये पहले अंदर कोई सोलेनोइड की कोर भर दंगे तो मैग्नेटिक फील्ड म्यू आर टाइम्स हो जाएगा रिलेटिव परमिटिविटी टाइम फिर ये यूज होगा ये टर्म तो गिवन होती है रिलेटिव परमिटिविटी ठीक है अब उस न्यूमेरिकल देखो ने देख पेज में आएगी अपन बाकी मैं नोट्स ते काफी दिया एग्जांपल देती हूं यार न्यूमेरिकल के मैं तरण लगा तो इतने अपन दो चार डिस्कस कर लेने बाकी तुसी नोट्स तो जरूर सारे जमा लो जिन डाउट्स होए तो उन क्लियर कर लो जो कि एक लूप है ना सर्कुलर लूप है ठीक है तो एक लूप है नीचे इतने है थले इधर ठीक है दो लूप है तो दोनों लूप दे आ की है इतने एक्सेस कट कर रहे हैं ਤੁਹਾਨੂੰ ਇਹ ਡਾਇਗਰਾਮ ਬਣ ਕੇ ਵੀ ਆ ਸਕਦੀ ਹੈ ਕਿ ਬਿਨਾਂ ਡਾਇਗਰਾਮ ਤੋਂ ਕਹਿੰਗੇ ਕਿ ਦੋ ਲੂਪ ਆ ਕਿਸ ਤਰ੍ਹਾਂ ਰੱਖੇ ਹੋਏ ਆ ਸੱਚ ਦੇ ਦੇ ਐਕਸਿਸ ਆ ਪਰਪੈਂਡੀਕੂਲਰ ਟੂ ਈਚ ਅਦਰ ਦੋਆਂ ਦੇ ਐਕਸਿਸ ਆ ਇੱਕ ਦੂਜੇ ਦੇ 90 ਡਿਗਰੀ ਤੇ ਆ ਤੇ ਜਿੰਨੀ ਨਾ ਇਹਦਾ ਰੇਡੀਅਸ ਆ ਇਹਦਾ ਰੇਡੀਅਸ ਤੇ ਇਹਦਾ ਜਿਹੜਾ ਡਿਸਟੈਂਸ ਆ ਇਹਦਾ ਐਕਸਿਸ ਤੋਂ ਉਹ ਵੀ ਰੇਡੀਅਸ ਦੇ ਇਕੁਅਲ ਹੀ ਆ ਜਿਹੜਾ ਦੂਜਾ ਲੂਪ ਆ ਉਹਦਾ ਜਿੰਨਾ ਰੇਡੀਅਸ ਆ ਤੇ ਇਹ ਡਿਸਟੈਂਸ ਆ ਇਹ ਵੀ ਇਕੁਅਲ ਆ ਐਕਸਿਸ ਤੋਂ ਡਿਸਟੈਂਸ ਉਹਦਾ ਰੇਡੀਅਸ ਸੇਮ ਆ ਤੇ ਆਪਾਂ ਮੈਗਨੈਟਿਕ ਫੀਲਡ ਕਰਨਾ ਇਸ ਪੁਆਇੰਟ ਤੇ ਜਿੱਥੇ ਉਹਦੇ ਐਕਸਿਸ ਕੱਟ ਰਹੇ ਆ ਠੀਕ ਹੈ ਤਾਂ ਕਦੇ ਵੀ ਆਪਾਂ ਨਿਊਮੈਰੀਕਲ ਕਰਨਾ ਕੋਈ ਨਹੀਂ ਡਾਇਰੈਕਸ਼ਨ ਕਰੰਟ ਦੀ ਮੈਂਸ਼ਨ ਹੋਏਗੀ ਆਪਾਂ ਤੇ ਡਾਇਰੈਕਸ਼ਨ ਕਰੰਟ ਦੀ ਮੈਂਸ਼ਨ ਵੀ ਹੋਏਗੀ ਕਿ ਇੱਥੇ ਜਿਹੜਾ ਪਰਸਨ ਖੜਾ ਜਾਂ ਅਬਜ਼ਰਵਰ ਆ ਇੱਥੇ ਉਹ ਕੀ ਦੇਖ ਰਿਹਾ ਉਹ ਦੇਖ ਰਿਹਾ ਕਿ ਕਰੰਟ ਇਹਦੇ 'ਚ ਵੀ ਕਲੋਕਵਾਈਜ਼ ਆ ਕਰੰਟ ਇਹਦੇ 'ਚ ਵੀ ਕਲੋਕਵਾਈਜ਼ ਠੀਕ ਹੈ ਤਾਂ ਹੁਣ ਤੁਸੀਂ ਇਹ ਰੂਲ ਕਿਵੇਂ ਲਾਓਗੇ ਕਈ ਬੱਚੇ ਇੱਥੇ ਕਨਫਿਊਜ਼ ਹੋ ਜਾਂਦੇ ਕਿ ਕਰੰਟ ਆਈ ਜਾ ਰਿਹਾ ਹੈ ਕਿ ਆਈ ਜਾ ਰਿਹਾ ਹੈ ਤਾਂ ਤੁਹਾਨੂੰ ਇਹ ਦੇਖ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਤੁਹਾਨੂੰ ਜਿਹੜੇ ਹੋਣਗੇ ਆਪਣੇ ਪੇਪਰ ਵਾਲੇ ਨੂੰ ਕਲੀਅਰ ਕੀਤਾ ਹੋਊਗਾ ਕਿ ਕਰੰਟ ਇੱਧਰ ਕਲੋਕਵਾਈਜ਼ ਜਾਂ ਐਂਟੀ ਕਲੋਕ ਜਾਂ ਕਿੱਧਰੋਂ ਦੇਖ ਰਹੇ ਹਾਂ ਆਪਾਂ ਹੁਣ ਕਹਿੰਦਾ ਕਿ ਅਬਜ਼ਰਵਰ ਆ ਉਹਨੇ ਕੀ ਦੇਖਿਆ ਕਰੰਟ ਇੱਧਰ ਕਲੋਕਵਾਈਜ਼ ਤੁਸੀਂ ਕੀ ਦੇਖਣਾ ਕਲੋਕਵਾਈਜ਼ ਦਾ ਮਤਲਬ ਹੁੰਦਾ ਵਾ ਇੱਧਰ